द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। कोरोना वायरस की जिहड़ी थ्रेट है वह दिन ब दिन सीरियस होती जा रही है। अज मार्च 13th to 2020 तक तकरीबन 1,26,000 जेडे केसिज हैं वो कन्फर्म किए गए ऑल ओवर द वर्ल्ड एंड विच इज़ लेड टू अराउंड 4,600 डेथ्स ऑल ओवर द वर्ल्ड। US विच जिथे एक महीना पहले तकरीबन 70 केसिज रिपोर्ट किए गए सन और एक डेथ रिपोर्ट की गई सी, उत्थे आज दी डेट विच तकरीबन 1,400 कन्फर्म्ड केसिस दी रिपोर्ट सामने आ रही है और एटलीस्ट 38 डेथ्स दी रिपोर्ट सामने आई है। ए एक सीरियस इशू है। इस सीरियस इशू बारे गल करन वास्ते अज असी आमंत्रित किया है दो बोर्ड सर्टिफाइड फिजिशियंस, डॉक्टर गुरप्रीत पदम ते डॉक्टर हरप्रीत पन्नू जी। डॉक्टर पदम, डॉक्टर पन्नू, ਤੁਹਾਡਾ ਸਾਡੇ ਨਾਲ ਗੱਲ ਕਰਨ ਦਾ ਬਹੁਤ ਬਹੁਤ ਸ਼ੁਕਰੀਆ ਐਂਡ ਵੈਲਕਮ ਟੂ ਦ ਸ਼ੋ। ਥੈਂਕ ਯੂ ਐਂਡ ਥੈਂਕ ਯੂ ਫਾਰ ਹੈਵਿੰਗ ਅਸ। ਅਸੀਂ ਤੁਹਾਨੂੰ ਦੱਸੀਏ ਡਾਕਟਰ ਪੰਨੂ ਤੇ ਡਾਕਟਰ ਪਦਮ ਦੋਨੋਂ ਹੀ ਕੋ-ਫਾਊਂਡਰਸ ਹੈਗੇ ਗੁਰੂ ਨਾਨਕ ਫਰੀ ਮੈਡੀਕਲ ਕਲੀਨਿਕ ਦੀ ਕਲੀਨਿਕ ਵਿੱਚ। ਡਾਕਟਰ ਪਦਮ, ਡਾਕਟਰ ਪੰਨੂ, ਅੱਜ ਕਮਿਊਨਿਟੀ ਨੂੰ ਤੁਹਾਡੀ ਸੇਵਾ ਦੀ ਕਾਫੀ ਲੋੜ ਹੈਗੀ ਹੈ ਜੋ ਤੁਸੀਂ ਹਮੇਸ਼ਾ ਹੀ ਕਰਦੇ ਹੋ, ਬਟ ਇਸ ਯੂਨੀਕ ਸਰਕਮਸਟੈਂਸਿਸ ਵਿੱਚ ਜੋ ਇੱਕ ਥ੍ਰੈਟ ਜਿਸ ਨੂੰ ਕਿ ਹੁਣ ਪੈਂਡੈਮਿਕ ਡਿਕਲੇਅਰ ਕੀਤਾ ਗਿਆ ਹੈ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਪਾਸੋਂ, ਸਾਨੂੰ ਦੱਸੋ ਕਿ ਇਹ ਥ੍ਰੈਟ ਕੀ ਹੈ, ਇਹ ਕਿੱਥੋਂ ਆਉਂਦੀ ਹੈ, ਇਹ ਕਿੱਥੇ ਜਾ ਰਹੀ ਹੈ। ਡਾਕਟਰ ਪਦਮ, ਮੈਂ ਸਭ ਤੋਂ ਪਹਿਲੇ ਤੁਹਾਡੇ ਤੋਂ ਜਾਣਨਾ ਚਾਹਾਂਗਾ ਇਹ ਕੀ ਹੈਗਾ ਕਰੋਨਾ ਵਾਇਰਸ ਔਰ ਸਾਨੂੰ ਇਸ ਬਾਰੇ ਦੱਸੋ ਪਲੀਜ਼। ਹਾਂਜੀ, ਕਰੋਨਾ ਵਾਇਰਸ ਇੱਕ ਕਾਮਨ ਕੋਜ਼ ਹੈਗਾ ਜਿਹਦੇ ਨਾਲ ਕਾਫੀ ਕੋਲਸ ਐਂਡ ਦੂਸਰੀਆਂ ਰੈਸਪੀਟੋਰੀ ਇਲਨੈਸਿਸ ਹੁੰਦੀਆਂ ਤੇ, ਪਰ ਜਿਹੜੀ ਐਵਲੀ ਨਵੀਂ ਇਨਫੈਕਸ਼ਨ ਹੈਗੀ ਹੈ ਉਹਦੀ ਡਿਜ਼ੀਜ਼, ਉਹਦਾ ਨਾਂ COVID-19 ਜਿਹੜਾ ਵਰਲਡ ਹੈਲਥ ਆਰਗਨਾਈਜੇਸ਼ਨ ਨੇ ਉਹਦਾ ਨਾਂ ਦਿੱਤਾ ਹੈ। ਉਹ ਸੋਚ ਹੈਗੀ ਹੈ ਕਿ ਇਹਦਾ ਓਰਿਜਿਨ ਹੈਗਾ ਬੈਟਸ ਤੋਂ ਟ੍ਰਾਂਸਫਰ ਹੋਈ ਐਨੀਮਲਸ 'ਤੇ, ਐਨੀਮਲਸ ਤੋਂ ਹੁਣ ਹਿਊਮਨ ਤੋਂ ਹਿਊਮਨ ਟ੍ਰਾਂਸਫਰ ਹੋ ਰਿਹਾ। ਇਹ ਨਵਾਂ ਸਟ੍ਰੇਨ ਹੈਗਾ ਵਾਇਰਸ ਦਾ, ਇਹ ਵਾਇਰਸ ਜਿਹੜੀ ਨਵੀਂ ਹੈ ਇਹ ਪਹਿਲੇ ਹਿਊਮਨ ਬੀਂਗਸ ਦੇ ਵਿੱਚ ਇਸ ਤਰ੍ਹਾਂ ਦੀ ਪਹਿਲੇ ਨਹੀਂ ਸੀ। ਸੋ ਇਹ ਨਵੀਂ ਚੀਜ਼ ਹੈਗੀ ਹੈ ਜਿਹਦੇ ਬਾਰੇ ਸਾਨੂੰ ਜ਼ਿਆਦਾ ਨਹੀਂ ਪਤਾ, ਤਦੇ ਕਰਕੇ ਹਰ ਰੋਜ਼ ਦਿਨ ਤੁਹਾਨੂੰ ਨਿਊਜ਼ ਵਿੱਚ ਨਵੀਂ ਨਵੀਂ ਖਬਰ ਸੁਣਾਈ ਜਾਂਦੀ ਹੈ ਅਤੇ ਇਹਦਾ ਲੈਂਡਸਕੇਪ ਓਵਰ ਟਾਈਮ ਜਿਹੜਾ ਚੇਂਜ ਹੋ ਰਿਹਾ ਉਹਦਾ ਜਿਹੜੇ ਸਾਇੰਟਿਸਟ ਦੇ ਆਰ ਟਰਾਇੰਗ ਟੂ ਫਾਈਂਡ ਆਊਟ ਵੀ ਇਹਦਾ ਕੀ ਚੀਜ਼ ਹੈ, ਕਿਸ ਤਰ੍ਹਾਂ ਸਪਰੈਡ ਹੁੰਦੀ ਹੈ ਅਤੇ ਇਹਦਾ ਇਹਨੂੰ ਅਸੀਂ ਰੋਕਣ ਫੈਲਣ ਤੋਂ ਕਿਸ ਤਰ੍ਹਾਂ ਰੋਕੀਏ। ਡਾਕਟਰ ਪੰਨੂ, ਬਹੁਤ ਜ਼ਿਆਦਾ ਕਨਫਿਊਜ਼ਨ ਹੈ ਲੋਕਾਂ ਦੇ ਵਿੱਚ ਐਂਡ ਯੂ ਨੋ ਪੀਪਲ ਡੋਂਟ ਈਵਨ ਨੋ ਹਾਓ ਸੀਰੀਅਸਲੀ ਟੂ ਟੇਕ ਦਿਸ ਐਂਡ ਆਪਾਂ ਬੜੇ ਸਰਪ੍ਰਾਈਜ਼ਿੰਗ ਅਸੀਂ ਪਹਿਲੇ ਵੀ ਗੱਲ ਕਰ ਰਹੇ ਸੀਗੇ, ਈਵਨ ਔਨ ਪੋਲੀਟੀਕਲ ਲਾਈਨਸ ਵੀ ਹੈਵ ਸੀਨ ਦ ਡਿਵਾਈਡ, ਸਮ ਪੀਪਲ ਸੇ ਦੈਟ ਇਟਸ ਜਸਟ ਅ ਹੋਕਸ ਔਰ ਕਈ ਕਹਿੰਦੇ ਨੇ ਕਿ ਇਹ ਬਹੁਤ ਸੀਰੀਅਸ ਇੱਕ ਡਿਜ਼ੀਜ਼ ਹੈ ਜਿਸਦਾ ਇਸ ਵੇਲੇ ਸਾਡੇ ਕੋਲ ਕੋਈ ਇਲਾਜ ਵੀ ਨਹੀਂ ਹੈ। ਤੁਹਾਨੂੰ ਦੱਸੋਗੇ ਤੁਸੀਂ ਇਹ ਕਿੰਨਾ ਸੀਰੀਅਸ ਹੈਗਾ ਔਰ ਕੀ ਨੇਚਰ ਹੈ ਇਸਦੀ ਸੀਰੀਅਸਨੈਸ ਦਾ? ਜੇ ਆਪਾਂ ਵੇਖੀਏ, ਮੈਂ ਹੁਣੇ ਦੇਖ ਰਿਹਾ ਸੀ ਜੌਨ ਹਾਪਕਿੰਸ ਯੂਨੀਵਰਸਿਟੀ ਦਾ ਡੇਟਾ ਜੀ, ਤੇ ਹੁਣ ਤੱਕ ਜਿਹੜੀਆਂ ਕਨਫਰਮ ਡੈਥ 4,720 ਡੈਥ, ਸੋ 4,720 ਜੀ, ਤੇ ਹੁਣ ਤੱਕ ਜਿਹੜੇ 1,28,343 ਕਨਫਰਮਡ ਕੇਸਿਸ ਜਿਹੜੇ ਪੂਰੇ ਵਰਲਡ ਦੇ ਵਿੱਚ, ਆਲ ਓਵਰ ਦ ਵਰਲਡ ਜੀ। ਹਾਂਜੀ, ਤੇ ਸੋ ਇਸ ਕਰਕੇ ਆਪਾਂ ਜੇ ਦੇਖਿਆ ਜਾਵੇ ਤੇ US ਤੇ ਆਪਾਂ, ਤੁਸੀਂ ਹੁਣੇ ਨੰਬਰ ਨੋਟ ਕਰ ਰਹੇ ਤੇ ਆਪਾਂ ਹੁਣ ਤੱਕ ਕਨਫਰਮ 1,663 ਕੇਸ ਹੋ ਗਏ। ਸੋ ਵੇਖਿਆ ਜਾਵੇ ਪਿਛਲੇ ਦੋ ਦਿਨਾਂ ਦੇ ਵਿੱਚ ਆਲਮੋਸਟ ਡਬਲ ਕੇਸਿਸ ਹੋ ਗਿਆ ਜੀ। ਸੋ ਆਪਾਂ ਇਸ ਨੂੰ ਹੋਕਸ ਨਹੀਂ ਕਹਿ ਸਕਦੇ ਕਿਉਂਕਿ ਇਹ ਰਿਐਲਿਟੀ ਆ, ਜਿਹੜਾ ਆਪਾਂ ਟੈਸਟ ਕੀਤਾ ਉਹਦੇ ਬੇਸ ਦੇ ਉੱਤੇ ਆਪਾਂ ਇਹ ਰਿਜ਼ਲਟ ਆਏ। ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਆਪਣੇ ਆਪ ਬਣਾ ਲਿਆ। ਸੋ ਇਸ ਕਰਕੇ ਇਨ ਰਿਐਲਿਟੀ ਇਹ ਜਿਹੜੀ ਹੈ ਰੀਅਲ ਵਾਇਰਸ ਹੈਗੀ ਆ, ਤੇ ਦੂਸਰੀ ਗੱਲ ਇਹ ਨਹੀਂ ਹੈਗੀ ਕਿ ਫਲੂ ਵਾਂਗੂ ਵਾਇਰਸ, ਇਹ ਡੈਡਲੀ ਵਾਇਰਸ ਹੈਗੀ ਆ ਜਿਹਦੇ ਕਰਕੇ ਹੁਣ ਤੱਕ US ਦੇ ਵਿੱਚ ਆਪਾਂ ਵੇਖੀਏ ਤੇ ਆਲਮੋਸਟ 40 ਦੇ ਲਾਗੇ ਲਾਗੇ ਡੈਥ ਹੋ ਚੁੱਕੀਆਂ ਹਨ ਜੀ। ਸੋ ਇਸ ਕਰਕੇ ਆਪਾਂ ਨੂੰ ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ, ਪਰ ਐਟ ਦ ਸੇਮ ਟਾਈਮ ਆਪਾਂ ਨੂੰ ਪੈਨਿਕ ਨਹੀਂ ਕਰਨਾ ਚਾਹੀਦਾ। ਸੋ ਆਪਾਂ ਨੂੰ ਸੋਚਣਾ ਚਾਹੀਦਾ ਆਪਾਂ ਕੀ ਕਰ ਸਕਦੇ ਹਾਂ ਤਾਂ ਕਿ ਆਪਾਂ ਜਿਹੜੀ ਇਹ ਵਾਇਰਸ ਆ
ਬਾਕੀ ਜਿਵੇਂ ਕਮਿਊਨਿਟੀ ਵਿੱਚ ਨਾ ਫੈਲੇ ਤੇ ਆਪਾਂ ਕੀ ਕੀ ਸਟੈਪ ਆਪਾਂ ਚੁੱਕ ਸਕਦੇ ਹਾਂ ਜਿਹਦੇ ਕਰਕੇ ਇਹਨੂੰ ਆਪਾਂ ਰੋਕ ਸਕਦੇ ਹਾਂ? ਜੀ 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 ਡਾਕਟਰ ਪਰਨੂ, ਅਸੀਂ ਉਸ ਉਨ ਸਟੈਪਸ ਦੇ ਬਾਰੇ ਵਿੱਚ ਹੋਰ ਡਿਟੇਲ ਵਿੱਚ ਗੱਲ ਕਰਾਂਗੇ, ਬਟ ਡਾਕਟਰ ਪਦਮ ਤੁਸੀਂ ਸਾਨੂੰ ਇਹ ਦੱਸੋ, ਕਿਆ ਇਹ ਜਸਟ ਅਨਦਰ ਫਲੂ ਹੈ? ਕਿਉਂਕਿ ਇਸ ਵੇਲੇ ਵੈਸੇ ਹੀ ਫਲੂ ਸੀਜ਼ਨ ਚੱਲਦਾ ਹੈ ਔਰ ਕਈ ਲੋਕ ਇਹ ਕਹਿੰਦੇ ਨੇ ਕਿ ਇਟਸ ਨਥਿੰਗ ਮੋਰ ਦੈਨ ਏ ਫਲੂ, ਐਂਡ ਇਹ ਵੇਖਿਆ ਵੀ ਗਿਆ ਹੈ ਕਿ ਦੇਰ ਇਜ਼ ਅ ਹਿਊਜ ਰਿਕਵਰੀ ਰੇਟ, ਕਹਿੰਦੇ ਨੇ ਕਿ ਤਕਰੀਬਨ 60-80% ਲੋਕ ਜਿਨ੍ਹਾਂ ਨੂੰ ਇਹ ਵਾਇਰਲ ਅਟੈਕ ਹੋਇਆ ਹੈ ਦੇ ਹੈਵ ਰਿਕਵਰਡ ਐਜ਼ ਵੈਲ, ਸੋ ਇਜ਼ ਇਟ ਜਸਟ ਲਾਈਕ ਐਨੀ ਅਦਰ ਫਲੂ ਔਰ ਇਟਸ ਡਿਫਰੈਂਟ? That's a really good question. So this is not just another flu. They kafi loki social media they dekhte honge, they're trying to downplay the bas flu haga, it's not a big deal. But the any problem hai ki jo scientists ne kafi decades to flu nu study kita, te sanu flu de bare kafi zyada pata hai. ਉਹਦਾ ਉਹਦੀ ਐਕਸਪੈਕਟੇਸ਼ਨ ਪਤਾ ਹੈ ਵੀ ਕਿਹੜੇ ਸੀਜ਼ਨ 'ਚ ਹੁੰਦੀ ਹੈ, ਕਦੋਂ ਕਿੰਨੀ ਦੂਰ ਫੈਲੇਗੀ ਜਾਂ ਕੀ ਐਕਸਪੈਕਟ ਕਰਨਾ, ਉਹਨੂੰ ਅਸੀਂ ਕਿਸ ਤਰ੍ਹਾਂ ਟ੍ਰੀਟ ਕਰਨਾ, ਉਹਦੀ ਵੈਕਸੀਨ ਹੈਗੀ ਹੈ. ਪਰ ਇਹ ਜਿਹੜੀ COVID-19 ਡਿਜ਼ੀਜ਼ ਹੈਗੀ ਹੈ, ਇਹਦਾ ਸਾਨੂੰ ਪਤਾ ਨਹੀਂ ਵੀ ਇਹ ਕਿੰਨੀ ਦੂਰ ਤੱਕ ਫੈਲੇਗੀ ਅਤੇ ਕਿੰਨੇ ਲੋਕਾਂ ਨੂੰ ਅਫੈਕਟ ਕਰੇਗੀ ਅਤੇ ਕਿੰਨੇ ਉਹਦੇ 'ਚੋਂ ਕਿੰਨੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਹੈਗਾ. ਅਤੇ ਫਲੂ ਦੀ ਇੱਕ ਵੈਕਸੀਨ ਵੀ ਹੈਗੀ ਹੈ, ਪਰ ਸਾਡੇ ਕੋਲ ਇਹ COVID-19 ਦਾ ਕੋਈ ਇਲਾਜ ਨਹੀਂ ਹੈਗਾ, ਇਹਦੀ ਕੋਈ ਵੈਕਸੀਨ ਨਹੀਂ ਹੈਗੀ. ਇਹ ਵਾਇਰਸ ਹੈਗੀ ਹੈ ਅਤੇ ਇਹਦੇ 'ਤੇ ਐਂਟੀਬਾਇਓਟਿਕਸ ਨਹੀਂ ਕੰਮ ਕਰਦੀਆਂ. ਸੋ ਬੇਸਿਕਲੀ ਇਹ ਕਾਫੀ ਨਵੀਂ ਚੀਜ਼ ਹੈ ਜਿਹਦਾ ਕਾਫੀ ਸਾਨੂੰ ਪਤਾ ਨਹੀਂ. ਅਤੇ ਡਾਕਟਰ ਪਦਮ, ਜਦ ਕਿਸੇ ਨੂੰ ਇਹ ਇਨਫੈਕਸ਼ਨ ਹੁੰਦੀ ਹੈ, ਰਾਈਟ, ਇਹ ਡਿਜ਼ੀਜ਼ ਹੁੰਦੀ ਹੈ, ਅਤੇ ਅਸੀਂ ਉਸਦਾ ਕੋਈ ਇਲਾਜ ਇਸ ਵੇਲੇ ਕਰ ਪਾ ਰਹੇ ਹਾਂ ਐਟ ਆਲ? ਸੋ ਇਲਾਜ ਇਨ ਦਾ ਸੈਂਸ ਵੀ ਜਦੋਂ ਸਿੰਪਟਮਸ ਅਦੇ ਸ਼ੁਰੂ ਹੁੰਦੇ ਆ ਜੀ, ਤੁਸੀਂ ਉਹ ਸਿੰਪਟਮਸ ਦਾ ਇਲਾਜ ਕਰ ਸਕਦੇ ਹੋ. ਲਾਈਕ ਜੇ ਕਿਸੇ ਨੂੰ ਬੁਖਾਰ ਹੈ ਤੁਸੀਂ ਉਹਦੀ ਦਵਾਈ ਲੈ ਸਕਦੇ ਹੋ, ਜੇ ਖੰਘ ਹੈ ਉਹਦੀ ਦਵਾਈ ਲੈ ਸਕਦੇ ਹੋ, ਜੇ ਤੁਹਾਨੂੰ ਥਕਾਵਟ ਹੋ ਰਹੀ ਹੈ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਆਰਾਮ ਕਰ ਸਕਦੇ ਹੋ, ਕੋਈ ਬੇਸਿਕਲੀ ਆਪਣੀ ਜੇ ਤੁਹਾਨੂੰ ਖੰਘ ਹੈ ਤੁਸੀਂ ਉਹਦੀ ਖੰਘ ਨੂੰ ਸਪਰੈਸ ਕਰਨ ਲਈ ਦਵਾਈਆਂ ਲੈ ਸਕਦੇ ਹੋ. ਸੋ ਉਹਦੇ ਸਿੰਪਟਮਸ ਮਾਈਲਡ ਤੋਂ ਲੈ ਕੇ ਕਾਫੀ ਸੀਰੀਅਸ ਐਂਡ ਲਾਈਫ ਥ੍ਰੈਟਨਿੰਗ ਵੀ ਹੋ ਸਕਦੇ ਹੈ, ਤੇ ਉਹਦੇ ਬੇਸ ਤੇ ਇਹਨੂੰ ਕਹਿੰਦੇ ਆ ਸਿਮਟੋਮੈਟਿਕ ਟ੍ਰੀਟਮੈਂਟ, ਉਹਦੇ ਸਿਮਟਮਸ ਟ੍ਰੀਟ ਕਰ ਸਕਦੇ ਹਾਂ. ਪਰ ਇਹਦਾ ਕੋਈ ਹੋਰ ਕਿਉਰ ਜਾਂ ਕੋਈ ਹੋਰ ਇਲਾਜ ਹਾਲੇ ਤੱਕ ਨਹੀਂ ਹੈਗਾ. ਤੇ ਡਾਕਟਰ ਪਨੂ, ਡਸ ਦੈਟ ਮੀਨ ਕਿ ਅਗਰ ਕੋਈ ਇਲਾਜ ਨਹੀਂ ਹੈ, ਅਗਰ ਇਹ ਇਨਫੈਕਸ਼ਨ ਕਿਸੇ ਨੂੰ ਹੋ ਗਈ ਤੇ ਉਹ ਜਾਨ ਲੈ ਕੇ ਹੀ ਛੱਡੇਗੀ? ਆਈ ਥਿੰਕ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ, ਤੇ ਜਿਹੜਾ ਡੇਟਾ ਆਪਾਂ ਨੂੰ ਇਸ ਸਾਲ ਚਾਈਨਾ ਤੋਂ ਲੈ ਕੇ ਹੁਣ ਤੱਕ ਜਿਹੜਾ ਆਇਆ ਡੇਟਾ ਜੀ, ਉਹਦੇ ਬੇਸ ਤੇ ਆਪਾਂ ਦੇਖੀਏ, ਕਿਉਂਕਿ ਅਜੇ ਆਪਾਂ ਨੂੰ ਜਿਹੜੇ ਆਪਾਂ ਟੈਸਟ ਕਰ ਰਹੇ ਸਪੈਸ਼ਲੀ ਜਿਹੜੇ US ਦੇ ਵਿੱਚ, ਅਮਰੀਕਾ ਦੇ ਵਿੱਚ ਆਪਾਂ ਟੈਸਟ ਕਰ ਰਹੇ ਹਾਂ, ਉਹ ਜਿਹੜੇ ਪੇਸ਼ੈਂਟ ਜਿਹੜੇ ਜ਼ਿਆਦਾ ਸਿੱਕ ਪੇਸ਼ੈਂਟ ਹੈਗੇ ਆ ਜਿਹੜੇ ਹੋਸਪਿਟਲ ਗਏ, ਸਿਰਫ ਉਹਨਾਂ ਦਾ ਟੈਸਟ ਹੋਇਆ, ਕਿਉਂਕਿ ਜਿਹੜਾ ਟੈਸਟ ਹੁਣ ਤੱਕ ਫਰੀਲੀ ਅਵੇਲੇਬਲ ਨਹੀਂ ਸੀ ਹੈਗਾ. ਹੁਣ ਪਿਛਲੇ 1-2 ਦਿਨ ਤੋਂ ਥੋੜ੍ਹੀ ਜਿਹੜੀ ਟੈਸਟ ਕਿੱਟਸ ਜਿਹੜੀਆਂ ਹੈਗੀਆਂ ਸਪਲਾਈ ਉਹਦੀ ਥੋੜ੍ਹੀ ਵਧੀਆ, ਪਰ ਜੇ ਆਪਾਂ ਵੇਖਿਆ ਜਾਵੇ ਤੇ ਜਿਹੜੇ ਟੈਸਟ, ਇਸੇ ਕਰਕੇ ਆਪਾਂ ਹੁਣ ਪਿਛਲੇ 2 ਦਿਨਾਂ 'ਚ ਨੰਬਰ ਜਿਹੜੇ ਉਹ ਜਿੰਨੇ ਕੇਸ ਆਏ ਉਹ ਡਬਲ ਹੋ ਗਿਆ, ਕਿਉਂਕਿ ਹੁਣ ਆਪਾਂ ਟੈਸਟ ਕਰਨਾ ਸ਼ੁਰੂ ਕਰਤਾ. ਜੀ 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 ਜੀ. ਸੋ ਇਸ ਕਰਕੇ ਜੇ ਆਪਾਂ ਵੇਖਿਆ ਜਾਵੇ ਕਿ ਜਿਹੜਾ ਇਹ ਵਾਇਰਸ ਹੈਗੀ ਆ, ਹੁਣ ਜੇ ਆਪਾਂ ਫਲੂ ਵੇਖੀਏ ਤੇ ਉਹਦੇ ਵਿੱਚ ਹਰ 1000 ਪਿੱਛੇ 1 ਬੰਦੇ ਦੀ ਡੈਥ ਹੁੰਦੀ ਆ. ਜੇ ਆਪਾਂ ਡੇਟਾ ਇਸ ਸਾਲ ਦਾ ਦੇਖਿਆ ਜਾਵੇ ਹੁਣ ਤੱਕ, ਤੇ ਹੁਣ ਤੱਕ ਜਿਹੜਾ ਆਲਮੋਸਟ ਅਬਾਊਟ ਆਪਾਂ ਕਹੀਏ 32 million 320 lakh ਜਿਹੜੇ ਪੇਸ਼ੈਂਟ ਆ ਡਾਇਗਨੋਸ ਹੋ ਚੁੱਕੇ ਆ ਫਲੂ ਦੇ ਨਾਲ, ਤੇ ਜਿਹੜੀਆਂ ਸਿਰਫ 18,000, ਇਵਨ ਦੋ ਨੰਬਰ ਬਹੁਤ ਵੱਡਾ ਹੈਗਾ 18,000, ਪਰ ਜੇ ਆਪਾਂ 32 million ਕੇਸਿਸ ਦੇ ਵਿੱਚ ਸਿਰਫ 18,000 ਡੈਥ ਹੈ. ਸੋ ਆਪਾਂ ਵੇਖਿਆ ਜਾਵੇ ਤੇ ਆਲਮੋਸਟ ਅਰਾਊਂਡ 0.1% ਜਿਹੜਾ ਮੋਰਟੈਲਿਟੀ ਹੈਗਾ, ਜਿਹਨੂੰ ਆਪਾਂ ਕਹਿੰਦੇ ਡੈਥ ਰੇਟ ਹੈਗਾ ਜੀ. ਪਰ ਜੇ ਆਪਾਂ ਸੇਮ ਟਾਈਮ ਤੇ ਕੋਰੋਨਾ ਵਾਇਰਸ ਨੂੰ ਜਿਹੜੀ COVID-19 ਹੈਗੀ ਜੇ ਇਹਦਾ ਡੇਟਾ ਵੇਖੀਏ, ਤੇ ਜੇ ਆਪਣੇ ਕੋਲ ਹੁਣ ਜਿਹੜਾ ਲੇਟੈਸਟ ਡੇਟਾ ਹੈਗਾ ਉਹਦੇ ਬੇਸ ਤੇ ਜੇ ਆਪਾਂ ਵੇਖੀਏ ਤੇ ਅਬਾਊਟ
3.4% ਇਹਦੇ ਵਿੱਚ ਹੇਠ ਗੇਟ ਦੇ ਵਿੱਚ ਨੰਬਰ ਆਉਂਦਾ ਪਰ ਕਿਉਂਕਿ ਆਪਾਂ ਸਿਰਫ ਜਿਹੜੇ ਜ਼ਿਆਦਾ ਸਿੱਖ ਕਿਉਂਕਿ ਉਹਨਾਂ ਨੂੰ ਟੈਸਟ ਕਰ ਰਹੇ ਇਸ ਕਰਕੇ ਆਪਾਂ ਇਹ ਨਹੀਂ ਕੋਈ ਐਗਜੈਕਟ ਨੰਬਰ ਨਹੀਂ ਦੇ ਸਕਦੇ ਜਿੰਨਾ ਚਿਰ ਆਪਾਂ ਜ਼ਿਆਦਾ ਟੈਸਟਿੰਗ ਆਪਾਂ ਕਰਨੀ ਕਮਿਊਨਿਟੀ ਦੇ ਵਿੱਚ ਸ਼ੁਰੂ ਕਰ ਦਾਂਗੇ ਕਿਉਂਕਿ ਜਿਹੜਾ ਹੁਣ ਜਿਹੜੀ ਲੇਟੈਸਟ ਜਿਹੜੀ ਸਾਰਾ ਡੇਟਾ ਰੀਸਰਚ ਜਿਹੜੀ ਹੁਣ ਤੱਕ ਹੈਗੀ ਹੈ ਉਹਦੇ 'ਚ ਉਹਨਾਂ ਪਾਇਆ ਕਿ ਜਿਹੜਾ ਆਲ 80% ਪੇਸ਼ੈਂਟ ਜਿਹਨਾਂ ਨੂੰ ਕਰੋਨਾ ਵਾਇਰਸ ਹੈਗੀ ਆ ਉਹਨਾਂ ਦੇ ਸਿੰਪਟਮ ਜਾਂ ਤਾਂ ਵੈਰੀ ਮਾਈਲਡ ਹੁੰਦੇ ਆ ਤੇ ਜਾਂ ਉਹਨਾਂ ਨੂੰ ਜ਼ਿਆਦਾ ਸਿੰਪਟਮ ਨਹੀਂ ਜੇ ਪਤਾ ਨਹੀਂ ਲੱਗਦਾ ਸਿਰਫ 20% ਕੇਸ ਦੇ ਵਿੱਚ ਜਿਹੜੇ ਜ਼ਿਆਦਾ ਸੀਰੀਅਸ ਇਲਨੈਸ ਹੁੰਦੀ ਹੈ ਸੋ ਇਸ ਕਰਕੇ ਕਿਉਂਕਿ ਆਪਾਂ ਕਮਿਊਨਿਟੀ ਵਿੱਚ ਅਜੇ ਟੈਸਟ ਨਹੀਂ ਕਰ ਰਹੇ ਸੋ ਆਪਾਂ ਨੂੰ ਪੂਰਾ ਨਹੀਂ ਹੈਗਾ ਪਰ ਆਪਾਂ ਜੇ ਆਪਾਂ ਵੇਖਿਆ ਜਾਵੇ ਮੇ ਬੀ 1-2% ਨਾਟ 3.4% ਆਈ ਥਿੰਕ ਉਹ ਥੋੜ੍ਹਾ ਨੰਬਰ ਜ਼ਿਆਦਾ ਹੈਗਾ ਪਰ ਫਿਰ ਈਵਨ ਦੋ 1-2% ਹੋਵੇ ਸਟਿਲ ਇਟਸ ਅ ਲਾਟ ਇਟਸ ਅ ਬਿਗ ਨੰਬਰ 0.1% ਵਰਸਸ 2% ਸਟਿਲ ਜੀ 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 ਡਾਕਟਰ ਸਾਹਿਬ ਅਸੀਂ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਦੇ ਇਸ਼ੂ ਦੇ ਬਾਰੇ ਡਾਕਟਰ ਗੁਰਪ੍ਰੀਤ ਪਦਮ ਅਤੇ ਡਾਕਟਰ ਹਰਪ੍ਰੀਤ ਪੰਨੂ ਜੀ ਨਾਲ ਡਾਕਟਰ ਪਨੂ ਸਾਨੂੰ ਤੁਸੀਂ ਦੱਸੋਗੇ ਕੀ ਸਿੰਪਟਮਸ ਹੈਗੇ ਇੱਕ ਕਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਸੋ ਕਰੋਨਾ ਵਾਇਰਸ ਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਤਕਰੀਬਨ ਜਿਹੜੇ ਸਾਰੇ ਕੇਸ ਹੈਗੇ ਉਹਨਾਂ 'ਚੋਂ ਤਿੰਨ ਚੀਜ਼ਾਂ ਪਾਈਆਂ ਜਾਂਦੀਆਂ ਜੀ ਜਿਹਦੇ ਵਿੱਚ ਇੱਕ ਹੈਗੀ ਖੰਘ ਤੇ ਮੋਸਟਲੀ ਜਿਹੜੀ ਖੰਘ ਡਰਾਈ ਖੰਘ ਹੁੰਦੀ ਉਹਦੇ 'ਚ ਨਾਲ ਬਲਗਮ ਨਹੀਂ ਆਉਂਦੀ ਸਰ ਮੇਨਲੀ ਡਰਾਈ ਕਾਫ ਹੁੰਦੀ ਆ ਜੀ ਤੇ ਉਸ ਤੋਂ ਇਲਾਵਾ ਜਿਹੜਾ ਇੱਕ ਜਿਹੜਾ ਬੁਖਾਰ ਹੁੰਦਾ ਜੀ ਤੇ ਉਸ ਦੇ ਨਾਲ ਜਿਹੜਾ ਜਿਹੜਾ ਆਪਾਂ ਕਿੰਨੇ ਸਾਹ ਫੁੱਲਦਾ ਜਾਂ ਜਿਹੜਾ ਸਾਹ ਚੜ੍ਹਦਾ ਉਹ ਮੇਨ ਸਿੰਪਟਮ ਹੁੰਦਾ ਕਿਉਂਕਿ ਜਿਹੜੀ ਕਰੋਨਾ ਵਾਇਰਸ ਹੈ ਫਲੂ ਵਾਇਰਸ ਨਾਲ ਥੋੜ੍ਹੀ ਵੱਖਰੀ ਹੈਗੀ ਕਿਉਂਕਿ ਫਲੂ ਦੇ ਵਿੱਚ ਜਦੋਂ ਫਲੂ ਸ਼ੁਰੂ ਹੁੰਦੀ ਆ ਉਹਦੇ ਨਾਲ ਜ਼ੁਕਾਮ ਹੁੰਦਾ ਪਹਿਲਾਂ ਯੂਨੋ ਗਲਾ ਦੁਖਦਾ ਹੈਗਾ ਤੁਹਾਨੂੰ ਤੁਹਾਡੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਦੁਖਦੀਆਂ ਹੈਗੀਆਂ ਤੁਹਾਨੂੰ ਜਿਹੜਾ ਕੰਬਣੀਆਂ ਆਉਂਦੀਆਂ ਇਹਦੇ ਵਿੱਚ ਜਿਹੜਾ ਸ਼ੁਰੂ ਹੁੰਦਾ ਡਰਾਈ ਖੰਘ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਬੁਖਾਰ ਹੁੰਦਾ ਤੇ ਨਾਲ ਜਿਹੜਾ ਸਿੱਧਾ ਜਾ ਕੇ ਤੁਹਾਡੇ ਜਿਹੜੇ ਫੇਫੜੇ ਹੈਗੇ ਜਾਂ ਲੰਗਸ ਹੈਗੇ ਉਹਨੂੰ ਇਫੈਕਟ ਕਰਦੀ ਆ ਤੇ ਉਸ ਕਰਕੇ ਜਿਹੜਾ ਇਹ ਸਿੰਪਟਮ ਜਿਹੜੇ ਤਿੰਨ ਜਿਹੜੇ ਥਰਾਇਡ ਜਿਹਨੂੰ ਕਹਿੰਦੇ ਉਹਦੇ 'ਚ ਜਿਹੜਾ ਹੈਗਾ ਖਾਂਸੀ ਹੈਗਾ ਬੁਖਾਰ ਹੈਗਾ ਤੇ ਜਿਹੜਾ ਸਾਹ ਚੜ੍ਹਨਾ ਜਾਂ ਸਾਹ ਫੁੱਲਣਾ ਤੇ ਡਾਕਟਰ ਸਾਹਿਬ ਇਹ ਬੜੀ ਸੀਵੀਅਰ ਖਾਂਸੀ ਬੜਾ ਹਾਈ ਫੀਵਰ ਹੁੰਦਾ ਕਿ ਇਹ ਮਾਈਲਡ ਖਾਂਸੀ ਔਰ ਮਾਈਲਡ ਫੀਵਰ ਵੀ ਹੋ ਸਕਦਾ ਨਹੀਂ ਇਹਦੇ ਵਿੱਚ ਨੋਰਮਲੀ ਜਿਹੜਾ ਫੀਵਰ ਥੋੜ੍ਹਾ ਜ਼ਿਆਦਾ ਹੁੰਦਾ ਈਵਨ ਫਲੂ ਦੇ ਵਿੱਚ ਵੀ ਉਹਦੇ ਵਿੱਚ ਵੀ ਜਿਹੜਾ ਫੀਵਰ ਹੁੰਦਾ ਉਹ ਵੀ 101, 102, 103 ਸੋ ਫੀਵਰ ਦੋਵਾਂ ਦੇ ਵਿੱਚ ਤਕਰੀਬਨ ਹਾਈ ਹੁੰਦਾ ਸ਼ੁਰੂ ਤੋਂ ਇਹਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦੇ ਜਿਹੜੇ ਫੇਫੜੇ ਡਾਇਰੈਕਟਲੀ ਇਫੈਕਟ ਹੁੰਦੇ ਜਿਹੜੇ ਲੰਗਸ ਇਫੈਕਟ ਹੁੰਦੇ ਆ ਸੋ ਇਸ ਕਰਕੇ ਇਹ ਚੀਜ਼ ਉਹਦੇ ਜਿਹੜੀ ਫਲੂ ਦੇ ਨਾਲ ਉਹ ਸੀਰੀਅਸ ਕੰਡੀਸ਼ਨ ਬਿਕੋਜ਼ ਜਿਹੜਾ ਫਲੂ ਹੁੰਦਾ ਉਹਦੇ ਵਿੱਚ ਥੋੜ੍ਹੇ ਬਿਲਕੁਲ ਥੋੜ੍ਹਾ ਜਿਹੜੇ ਹੈਗੀ ਪਾਪੂਲੇਸ਼ਨ ਉਹਦੇ ਵਿੱਚ ਲੰਗ ਇਫੈਕਟ ਹੁੰਦਾ ਤੇ ਇਹਦੇ ਵਿੱਚ ਤਕਰੀਬਨ ਜ਼ਿਆਦਾ ਮੈਜੋਰਿਟੀ ਆਫ ਦਾ ਪਾਪੂਲੇਸ਼ਨ ਉਹਦੇ ਵਿੱਚ ਇਹ ਜਿਹੜੇ ਫੇਫੜੇ ਆ ਜਾਂ ਲੰਗਸ ਦੀ ਇਨਵੋਲਵਮੈਂਟ ਹੁੰਦੀ ਹੈ ਸੋ ਇਸੇ ਕਰਕੇ ਜਿਹੜਾ ਡੈਥ ਰੇਟ ਹੈਗਾ ਜਾਂ ਜਿਹੜੇ 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 ਪੇਸ਼ੈਂਟ ਮਰਦੇ ਹੈਗੇ ਆ ਉਹ ਜ਼ਿਆਦਾਤਰ ਨਮੋਨੀਆ ਤੋਂ ਬਾਅਦ ਜਿਹੜਾ ਹੈਗਾ ਮਲਟੀ ਔਰਗਨ ਫੇਲੀਅਰ ਜਿਹਦੇ 'ਚ ਬਾਕੀ ਜਿਹੜੇ ਆ ਜਿਵੇਂ ਆਪਣਾ ਲਿਵਰ ਹੋਇਆ ਕਿਡਨੀਸ ਹੋਏ ਉਹ ਫੇਲ ਹੋ ਜਾਂਦੇ ਸੋ ਇਸ ਕਰਕੇ ਜਿਹੜੀ ਆ ਡੈਥ ਜਿਹੜੀ ਇਹਦੇ 'ਚ ਜ਼ਿਆਦਾ ਜਿਹੜਾ ਆਪਾਂ ਕਹੀਏ ਜੇ ਆਪਾਂ ਕੰਜ਼ਰਵੇਟਿਵ ਸਾਈਡ ਵੱਲ ਵੀ ਲਈਏ ਤਾਂ ਐਟਲੀਸਟ 2% ਦੇ ਲਾਗੇ ਛਾਗੇ ਹੈਗੀ ਜੇ ਆਪਾਂ 3.5% ਵੀ ਨਾ ਲਈਏ ਸੋ ਕਿਉਂਕਿ ਇਹਦੇ ਵਿੱਚ ਲੰਗਸ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ ਆ ਡਾਕਟਰ ਪਦਮ ਇਹ ਜਿਵੇਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਤਿੰਨ ਇਸ ਦੇ ਟੈਸਟ ਹੈਗੇ ਸੋ ਜਦ ਕੋਈ ਕਿਸੇ ਨੂੰ ਕੋਈ ਫਲੂ ਲਾਈਕ ਸਿੰਪਟਮਸ ਸਾਹਮਣੇ ਆਉਣ ਉਹ ਕਿਸ ਸਟੇਜ 'ਤੇ ਦੈਟ ਪਰਸਨ ਸਟਾਰਟਸ ਫੀਅਰਿੰਗ ਔਰ ਸੀਕਿੰਗ ਮੈਡੀਕਲ ਐਡਵਾਈਸ ਮਤਲਬ ਮੋਸਟਲੀ ਤਾਂ ਆਪਾਂ ਕਈ ਵਾਰ ਫਲੂ ਨੂੰ ਆਪਣੇ ਤੌਰ 'ਤੇ ਹੀ ਟ੍ਰੀਟ ਕਰ ਲੈਂਦੇ ਹਾਂ ਯੂ ਨੋ ਵਿਦ ਸਮ ਮੈਡੀਕੇਸ਼ਨ ਵੀ ਨੋ ਕਿ ਇਟ ਵਿਲ ਟੇਕ ਇਟਸ ਟਾਈਮ ਇਟ ਵਿਲ ਰਨ ਇਟਸ ਕੋਰਸ ਐਂਡ ਦੈਨ ਗੋ ਅਵੇ ਅਤੇ ਕੀ ਇਹੋ ਜਿਹੇ ਸਿੰਪਟਮਸ ਕਿਸ ਸਟੇਜ 'ਤੇ ਅਸੀਂ ਫੀਅਰ ਕਰੀਏ ਕਿ ਇਹ ਇਜ਼ ਨੋਟ ਅ ਨੋਰਮਲ ਫਲੂ ਇਟ ਲੁਕਸ ਲਾਈਕ ਸਮਥਿੰਗ ਐਲਸ ਜਿਸ ਤਰ੍ਹਾਂ ਡਾਕਟਰ ਪੰਨੂ ਨੇ ਜਿਹੜੇ 3 ਸਿੰਪਟਮਸ ਕਰਾ ਦਿੱਤੇ ਹੈਗੇ ਆ ਉਹ ਕਾਮਨ ਹੁੰਦੇ ਆ ਜਿਹਨਾਂ ਦੇ ਵਿੱਚ ਕੋਵਿਡ-19 ਦੀ ਡਿਜ਼ੀਜ਼ ਹੁੰਦੀ ਹੈ ਇਹਨਾਂ ਦੇ ਐਮਰਜੈਂਸੀ ਸਿੰਪਟਮਸ ਵੀ ਹੁੰਦੇ ਆ ਤੇ ਯੂ ਨੋ ਬਿਫੋਰ ਦੈਟ ਆਈ ਵਾਂਟ ਟੂ ਮੈਂਸ਼ਨ ਵੀ ਕਈ ਲੋਕ ਹੁੰਦੇ ਆ ਜਿਹੜੇ ਇਨਫੈਕਸ਼ਨ ਜਿਹੜੇ ਵਾਇਰਸ ਨਾਲ ਇਨਫੈਕਟਿਡ ਹਨ ਪਰ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਹੈ ਹਾਂਜੀ ਦੈਟਸ ਵੈਰੀ ਇੰਪੋਰਟੈਂਟ ਯਾ ਜੀ
हाँ जी एंड स्पेशली जड़े जड़े हेल्थी लोग की होंगे ना सो जितनी रिपोर्ट्स आ रही हैं एंड हार्वर्ड की वेबसाइट पे भी उन्होंने जिस तरह रिपोर्ट्स आती हैं उस सारा डेटा वगैरह इकट्ठा करके पाते हैं तो कई लोग की है उन्होंने सिम्पटम्स है ही नहीं पर वो बाकी लोगों को इनफेक्ट कर सकते हैं तो कभी कभी वायरस ਤੁਹਾਨੂੰ ਲੋ ਗ੍ਰੇਡ ਬਾਡੀ ਫੀਵਰ ਦਿੰਦੀ ਹੈ ਕਈਆਂ ਦੇ ਵਿੱਚ ਬਾਡੀ ਏਕਸ ਵੀ ਰਿਪੋਰਟ ਹੋਈਆਂ ਜਿਸ ਤਰ੍ਹਾਂ ਫਲੂ ਐਂਡ ਕੋਲ ਲਾਈਕ ਸਿਮਟਮਸ ਹੁੰਦੇ ਆ ਤੇ ਤਾਂ ਕਿ ਲੋਕੀ ਦੱਸ ਨਹੀਂ ਸਕਦੇ ਸ਼ੁਰੂ ਸ਼ੁਰੂ 'ਚ ਵੀ ਮੈਨੂੰ ਕੀ ਕੋਰੋਨਾ ਵਾਇਰਸ 19 ਹੈਗੀ ਕਿ ਨਹੀਂ ਤੇ ਕਈਆਂ ਨੂੰ ਨੇਜ਼ਲ ਕੰਜੈਸ਼ਨ ਨੱਕ ਦੀ ਕੰਜੈਸ਼ਨ ਵੀ ਰਿਪੋਰਟ ਹੋਈ ਹੋਈ ਹੈ ਤੇ ਗਲੇ ਦੇ 'ਚ ਉਹਨੂੰ ਸੋਰ ਥਰੋਟ ਜਿਹਨੂੰ ਕਹਿੰਦੇ ਆ ਉਹਦੀ ਵੀ ਰਿਪੋਰਟ ਹੈਗੀ ਹੈ ਤੇ ਜਿਹੜੇ ਹੋਰ ਸਵੀਅਰ ਸਿਮਟਮਸ ਹੈਗੇ ਆ ਹਾਈ ਫੀਵਰ ਸਵੀਅਰ ਕੌਫ ਸਾਹ ਦੀ ਪ੍ਰੋਬਲਮ ਇਹ ਤਾਂ ਤਕਰੀਬਨ ਇਹ ਜਦੋਂ ਤੱਕ ਇਹ ਵਾਲੇ ਸਾਇੰਸ ਹੁੰਦੇ ਹਨ ਸਪੈਸ਼ਲੀ ਜਦੋਂ ਸਾਹ ਵਗੈਰਾ ਦੀ ਪ੍ਰੋਬਲਮ ਹੋਏ ਇਹ ਯੂਜਲੀ ਇੰਡੀਕੇਟ ਕਰਦਾ ਵੀ ਕਾਫੀ ਸੀਰੀਅਸ ਪ੍ਰੋਬਲਮ ਸ਼ੁਰੂ ਹੋ ਰਹੀ ਹੈ ਤੇ ਐਮਰਜੈਂਸੀ ਅਤੇ ਵਾਰਨਿੰਗ ਸਾਈਨ ਲੋਕਾਂ ਨੂੰ ਇਮੀਡੀਏਟ ਮੈਡੀਕਲ ਅਟੈਂਸ਼ਨ ਲੈਣੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਸਾਹ ਦੀ ਮੁਸ਼ਕਿਲ ਹੋਏ ਪੂਰਾ ਸਾਹ ਨਹੀਂ ਲਿਆ ਜਾਂਦਾ ਤੇ ਉਹਨਾਂ ਨੂੰ ਛਾਤੀ ਦੇ ਵਿੱਚ ਭਾਵੇਂ ਪ੍ਰੈਸ਼ਰ ਜਾਂ ਕਦੀ ਦਰਦ ਵੀ ਹੋ ਸਕਦੀ ਹੈ ਇਹਦੇ ਨਾਲ ਜਾਂ ਲੋਕੀ ਕਨਫਿਊਜ਼ ਹੋ ਜਾਂਦੇ ਹੈ ਕਿਉਂਕਿ ਉਹਨਾਂ ਨੂੰ ਆਕਸੀਜਨ ਦੀ ਪ੍ਰੋਬਲਮ ਹੁੰਦੀ ਹੈ ਸਾਹ ਨਹੀਂ ਪੂਰਾ ਲਿਆ ਜਾਂਦਾ ਤੇ ਉਹਨੂੰ ਤੁਸੀਂ ਕਹਿ ਸਕਦੇ ਹੋ ਡਾਕਟਰ ਪਨਾਹ ਹਾਊ ਜੀ ਸੇ ਕਨਫਿਊਜ਼ਨ ਜਾਂ ਐਕਸਟ੍ਰੀਮ ਫਟੀਗ ਹਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਹੈਗੇ ਆ ਸੋ ਜਿਹਦੇ ਨੋਰਮਲੀ ਆਪਾਂ ਜੋ ਸੈਂਸ ਨੇ ਆਪਾਂ ਨੂੰ ਪਤਾ ਹੁੰਦਾ ਆਪਣੀ ਲੋਕੇਸ਼ਨ ਆਪਾਂ ਯੂ ਨੋ ਇਸ ਜਗ੍ਹਾ ਤੇ ਹੈਗੇ ਆ ਕੀ ਕਿਹੜਾ ਸਾਲ ਹੈਗਾ ਜਦੋਂ ਨੋਰਮਲੀ ਜਦੋਂ ਪੇਸ਼ੈਂਟ ਜਿਹੜੇ ਕਨਫਿਊਜ਼ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਹੈਗੇ ਆ ਉਹ ਕੌਣ ਹੈਗੇ ਆ ਸੋ ਜਿਹੜਾ ਥੋੜਾ ਬੇਸੁੱਧ ਜਿਹਾ ਫੀਲ ਕਰਦੇ ਨੇ ਹਾਂਜੀ ਤੇ ਇਸ ਤੋਂ ਇਲਾਵਾ ਮੈਂ ਹੋਰ ਇੱਕ ਗੱਲ ਐਡ ਕਰਨੀ ਮੰਗਦਾ ਕਿ ਜਿਹੜੇ ਆਪਾਂ ਸਾਰਾ ਜੇ ਵੇਖੀਏ ਡੇਟਾ ਜਿਹਨਾਂ ਨੂੰ ਇਹ ਸਿਮਟਮ ਹੋਇਆ ਉਹਨਾਂ ਦੇ ਵਿੱਚ ਕਈ ਜਿਹੜੇ ਹੈਗੇ ਇਕੱਲਾ ਆਪਾਂ ਉਹਦੇ ਵਿੱਚ ਚੈਸਟ ਟਾਈਟਨੈਸ ਵੀ ਜਿਵੇਂ ਆਪਾਂ ਐਸਮਾ ਦੇ ਸਿਮਟਮ ਦੇ ਉਸ ਤਰ੍ਹਾਂ ਦੇ ਵੀ ਕਈਆਂ ਨੂੰ ਹੋਏ ਆ ਉਸ ਤੋਂ ਇਲਾਵਾ ਕਈ ਪੇਸ਼ੈਂਟ ਨੂੰ ਡਾਇਰੀਆ ਵੀ ਹੋਇਆ ਸੋ ਇਸ ਕਰਕੇ ਜਿਹੜਾ ਮਲਟੀਟਿਊਡ ਜਿਹੜੇ ਸਿਮਟਮ ਹੈਗੇ ਆ ਮਲਟੀਟਿਊਡ ਆਫ ਸਿਮਟਮਸ ਹੈਗੇ ਆ ਇਹ ਇਕੱਲੇ ਜਿਹੜੇ ਕੌਫ ਤੇ ਫੀਵਰ ਤੇ ਜਿਹੜੀ ਸ਼ਾਰਟਨੈਸ ਆਫ ਬ੍ਰੈਥ ਨਹੀਂ ਇਕੱਲੇ ਹੈਗੇ ਬਾਕੀ ਚੀਜ਼ਾਂ ਉਸ ਪਰ ਇਹ ਜਿਹੜੀਆਂ ਤੇਜ਼ ਚੀਜ਼ਾਂ ਇਹ ਮੋਸਟ ਕਾਮਨ ਹੈਗੀਆਂ ਪਰ ਇਸ ਤੋਂ ਇਲਾਵਾ ਚੈਸਟ ਟਾਈਟਨੈਸ ਵੀ ਹੋ ਸਕਦੀ ਹੈ ਡਾਇਰੀਆ ਵੀ ਹੋ ਸਕਦਾ ਕੰਬਣੀਆਂ ਵੀ ਆ ਸਕਦੀਆਂ ਜਿਹਨੂੰ ਆਪਾਂ ਸ਼ਿਵਰਿੰਗ ਕਹਿੰਦੇ ਹਾਂ ਉਸ ਤੋਂ ਇਲਾਵਾ ਆਪਾਂ ਨੂੰ ਜਿਹੜੀਆਂ ਮਾਸਪੇਸ਼ੀਆਂ ਜਿਵੇਂ ਮਸਲ ਪੇਨ ਵੀ ਹੋ ਸਕਦੇ ਆ ਬਾਕੀ ਚੀਜ਼ਾਂ ਵੀ ਹੋ ਸਕਦੀਆਂ ਪਰ ਜਿਹੜੀਆਂ ਉਹ ਤਿੰਨ ਚੀਜ਼ਾਂ ਹੈਗੀਆਂ ਉਹ ਬੇਸਿਕਲੀ ਮੇਨ ਹੈਗੀਆਂ ਬੁਖਾਰ ਤੇਜ਼ ਹੋ ਗਿਆ ਜਾਂ ਖੰਘ ਬਹੁਤ ਤੇਜ਼ ਹੋ ਗਿਆ ਬਾਕੀ ਜਿਹੜੇ ਸਿਮਟਮਸ ਨੇ ਬੜੇ ਸੀਵੀਅਰ ਹੋ ਗਏ ਨੇ ਉਸ ਤੋਂ ਪਹਿਲਾਂ ਵੀ ਕੁਝ 5-7 ਦਿਨ ਵਾਸਤੇ ਹਫ਼ਤੇ 10 ਦਿਨ ਵਾਸਤੇ ਬਾਡੀ ਵਿੱਚੋਂ ਇਨਫੈਕਸ਼ਨ ਹੋ ਸਕਦੀ ਹੈ ਜਿਹੜੀ ਤੁਸੀਂ ਟ੍ਰਾਂਸਮਿਟ ਕਰ ਸਕਦੇ ਹੋ ਦੂਜੇ ਲੋਕਾਂ ਨੂੰ ਵੀ ਇਜ਼ ਦੈਟ ਰਾਈਟ ਹਾਂਜੀ ਬਹੁਤ ਬਹੁਤ ਵਧੀਆ ਕੁਐਸਚਨ ਕਿਉਂਕਿ ਇਹ ਜਿਹੜਾ ਹੈਗਾ ਇਹਦਾ ਡੇਟਾ ਜਿਹੜਾ ਹੈਗਾ ਜੇ ਆਪਾਂ ਦੇਖਿਆ ਜਾਵੇ ਤੇ ਕਿਉਂਕਿ ਜਿਹੜਾ ਫਲੂ ਹੈਗਾ ਉਹ 1-3 ਦਿਨ ਦੇ ਵਿੱਚ ਵਿੱਚ ਇੱਕ ਜਣੇ ਨੂੰ ਹੋਵੇ ਤੇ ਦੂਜੇ ਨੂੰ 1-3 ਦਿਨ ਦੇ ਵਿਚਕਾਰ ਜਿਹੜੇ ਉਹ ਸਿਮਟਮ ਆ ਜਾਂਦੇ ਉਹਨੂੰ ਆਪਾਂ ਇਨਕੂਬੇਸ਼ਨ ਪੀਰੀਅਡ ਕਹਿੰਦੇ ਹਾਂ ਇਨਕੂਬੇਸ਼ਨ ਪੀਰੀਅਡ ਹੁੰਦਾ ਜਦੋਂ ਕੀਟਾਣੂ ਕੋਈ ਵੀ ਬੈਕਟੀਰੀਆ ਵਾਇਰਸ ਜਿਹੜੀ ਤੁਹਾਡੀ ਬਾਡੀ ਦੇ ਅੰਦਰ ਗਿਆ ਉਸ ਟਾਈਮ ਤੋਂ ਲੈ ਕੇ ਜਦੋਂ ਤੱਕ ਤੁਹਾਨੂੰ ਬੁਖਾਰ ਜਾਂ ਜ਼ੁਕਾਮ ਜਾਂ ਕੋਈ ਵੀ ਸਿਮਟਮ ਹੈਗਾ ਆਉਂਦਾ ਉਸ ਟਾਈਮ ਨੂੰ ਕਹਿੰਦੇ ਇਨਕੂਬੇਸ਼ਨ ਪੀਰੀਅਡ ਟਿਪੀਕਲੀ ਫਲੂ ਦੇ ਵਿੱਚ 1-3 ਦਿਨ ਦੇ ਵਿੱਚ ਵਿੱਚ ਜੇ ਇਨਫੈਕਸ਼ਨ ਹੋਇਆ ਤਾਂ ਉਹ 1-3 ਦਿਨ ਦੇ ਵਿੱਚ ਵਿੱਚ ਸਿਮਟਮ ਜਿਹੜੇ ਉਹ ਆ ਜਾਣਗੇ ਪਰ ਜਿਹੜੀ ਕੋਰੋਨਾ ਵਾਇਰਸ ਹੈਗੀ ਇਹ ਥੋੜੀ ਡਿਫਰੈਂਟ ਹੈਗੀ ਆ ਇਹਦਾ ਜਿਹੜਾ ਹੈਗਾ 2 ਦਿਨ ਤੋਂ ਲੈ ਕੇ ਤੇ 14 ਦਿਨ ਦੇ ਵਿੱਚ ਵਿੱਚ ਸਿਮਟਮ ਸੋ ਕਿਉਂਕਿ ਇਹ ਬਹੁਤ ਲੰਬਾ ਹੈਗਾ ਤੇ ਇਸ ਕਰਕੇ ਜਿਹੜੇ ਕਈ ਪੇਸ਼ੈਂਟ ਜਿਹਨਾਂ ਨੂੰ ਹੈਗੇ ਆ ਵਾਇਰਸ ਪਰ ਉਹਨਾਂ ਨੂੰ ਸਿਮਟਮ ਅਜੇ ਨਹੀਂ ਆਏ ਉਹ ਸਟਿਲ ਉਹ ਇਨਫੈਕਸ਼ਸ ਹੈਗੇ ਦੂਜਿਆਂ ਨੂੰ ਜਿਹੜਾ ਜਰਮ ਉਹ ਫੈਲਾ ਸਕਦੇ ਆ ਸੋ ਇਸ ਕਰਕੇ ਜਿਹੜੀ ਇਹ ਜ਼ਿਆਦਾ ਖਤਰਨਾਕ ਕਿਉਂਕਿ ਫਲੂ ਦਾ 1-3 ਦਿਨ ਦੇ ਵਿੱਚ ਪਤਾ ਲੱਗ ਜਾਣਾ ਇਹਦਾ ਤੁਹਾਨੂੰ ਹੋ ਸਕਦਾ ਵੀ ਜਿਹੜਾ ਅੱਜ ਵਾਇਰਸ ਤੁਹਾਡੀ ਬਾਡੀ ਦੇ ਅੰਦਰ ਐਂਟਰ ਕੀਤੀ ਹੈ ਤੇ ਅਗਲੇ 13 ਦਿਨ ਤੁਹਾਨੂੰ ਸਿਮਟਮ ਨਾ ਹੋਵੇ ਤੇ 14 ਦਿਨ ਜਾ ਕੇ ਤੁਹਾਨੂੰ ਸਿਮਟਮ ਪਰ ਉਸ ਟਾਈਮ ਦੇ ਵਿੱਚ ਵੀ ਤੁਸੀਂ ਕੰਟੇਜੀਅਸ ਤੁਸੀਂ ਦੂਜਿਆਂ ਨੂੰ ਦੇ ਸਕਦੇ ਹੋ ਸੋ ਇਸ ਕਰਕੇ ਜਿਹੜਾ ਹੈਗਾ
ਇਹ ਜਿਹੜੀ ਥੋੜੀ ਜ਼ਿਆਦਾ ਖਤਰਨਾਕ ਹੈਗੀ ਫਲੂ ਦੇ ਕੰਪੈਰੀਜ਼ਨ. ਜੀ ਜੀ ਜੀ. ਐਂਡ ਆਈ ਥਿੰਕ ਮੈਂਸ਼ਨ ਮੈਂ ਮੈਂਸ਼ਨ ਕਰਨਾ ਚਾਹੁੰਦੀ ਸੀ ਕਿ ਜਦੋਂ ਜਿਹਨੂੰ ਵੀ ਕੋਈ ਸਿਮਟਮਸ ਹੋਵੇ ਤੇ ਉਹਨਾਂ ਨੂੰ ਕੰਸਰਨ ਹੈਗਾ ਤੇ ਆਪਣੇ ਤੁਸੀਂ ਡਾਕਟਰ ਦੇ ਆਫਿਸ ਫੋਨ ਕਰਕੇ ਉਹਨਾਂ ਨੂੰ ਤੁਸੀਂ ਉਹ ਤੁਹਾਨੂੰ ਫੋਨ ਤੇ ਐਡਵਾਈਸ ਦੇ ਸਕਦੇ ਆ ਜਦੋਂ ਤੁਹਾਡੇ ਸਿਮਟਮਸ ਸ਼ੁਰੂ ਹੁੰਦੇ ਆ ਐਂਡ ਤੇ ਤੁਹਾਨੂੰ ਪਤਾ ਨਹੀਂ ਵੀ ਹੁਣ ਮੈਂ ਕੀ ਕਰਾਂ ਤੇ ਤੁਸੀਂ ਆਪਣੇ ਡਾਕਟਰ ਦੇ ਆਫਿਸ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਪੁੱਛੋ ਵੀ ਮੈਂ ਹੁਣ ਕੀ ਕਰਾਂ, ਕਿਸ ਤਰ੍ਹਾਂ ਮੈਨੇਜ ਕਰਾਂ. ਤੇ ਉਹ ਫਿਰ ਪਰ ਜਦੋਂ ਉਹ ਜਿਹੜੇ ਟ੍ਰਾਇਡ ਸਿਮਟਮਸ ਹੈਗੇ ਆ, ਫੀਵਰ, ਕਾਫ, ਸ਼ੋਰਟਨੈਸ ਆਫ ਬ੍ਰੈਥ, ਜਦੋਂ ਇਹ ਹੁੰਦੇ ਆ ਉਦੋਂ ਕੋਰੋਨਾ ਵਾਇਰਸ ਦਾ ਸਸਪੈਸ਼ਨ ਹਾਈ ਹੁੰਦਾ, ਉਦੋਂ ਤੇ ਤੁਸੀਂ ਜ਼ਰੂਰ ਹੀ ਤੁਸੀਂ ਮੈਡੀਕਲ ਹੈਲਪ ਸੀਕ ਕਰਨੀ ਹੈ. ਠੀਕ ਹੈ. ਤੇ ਜਦੋਂ ਤੁਹਾਨੂੰ ਡਿਫਿਕਲਟੀ ਬਰੀਦਿੰਗ, ਸਾਹ ਦੀ ਪ੍ਰੋਬਲਮ ਤੇ ਕਨਫਿਊਜ਼ਨ ਜਾਂ ਚੈਸਟ ਪ੍ਰੈਸ਼ਰ ਹੋਏ ਜਾਂ ਤੁਹਾਡਾ ਕੋਈ ਫੀਵਰ ਘੱਟ ਨਹੀਂ ਹੋ ਰਿਹਾ ਤੇ ਬੇਸਿਕਲੀ ਉਹਨੇ ਕਹਿੰਦੇ ਪਰਸਿਸਟੈਂਟ ਸਿਮਟਮਸ ਹੋਣ, ਉਦੋਂ ਵੀ ਬੜਾ ਜ਼ਰੂਰੀ ਹੈ ਵੀ ਤੁਸੀਂ ਇਮੀਡੀਏਟ ਮੈਡੀਕਲ ਅਟੈਂਸ਼ਨ ਲਓ ਤੇ ਉਹ ਤੁਸੀਂ ਜੇ ਤੁਹਾਨੂੰ ਬਹੁਤ ਤਕਲੀਫ ਹੈ ਤੁਸੀਂ ਐਮਰਜੈਂਸੀ ਰੂਮ ਜਾ ਸਕਦੇ ਹੋ ਤੇ US ਦੇ ਵਿੱਚ 911 ਕਾਲ ਕਰ ਸਕਦੇ ਹੋ. ਤੇ ਇਹ ਵੀ ਹੋ ਸਕਦਾ ਵੀ ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰੋ ਐਡਵਾਈਸ ਲਈ ਤੇ ਉਹ ਤੁਹਾਨੂੰ ਉਹਨੂੰ ਕਹਿੰਦੇ ਟ੍ਰੀਆਜ ਕਰਕੇ ਆਪਣੇ ਫੋਨ ਦੇ ਉੱਤੇ ਇਵੈਲੂਏਟ ਕਰਕੇ ਵੀ ਇਹਦੇ ਲਈ ਤੁਹਾਨੂੰ ਆਫਿਸ ਦੇ ਵਿੱਚ ਆਉਣਾ ਚਾਹੀਦਾ ਜਾਂ ਕਿ ਤੁਹਾਨੂੰ ਐਮਰਜੈਂਸੀ ਰੂਮ ਜਾਣਾ ਚਾਹੀਦਾ, ਉਹ ਤੁਹਾਨੂੰ ਗਾਈਡ ਕਰ ਸਕਦੇ ਹੈ. ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਅਗਰ ਸਿਮਟਮਸ ਨਜ਼ਰ ਆਉਣ ਤਾਂ ਇਮੀਡੀਏਟ ਮੈਡੀਕਲ ਹੈਲਪ ਸੀਕ ਕਰਨੀ ਚਾਹੀਦੀ ਹੈ, ਇਹ ਹੁਣ ਕਿਆ ਤੁਸੀਂ ਉਨ ਤਿੰਨ ਸਿਮਟਮਸ ਦੀ ਗੱਲ ਕਰ ਰਹੇ ਹੋ, ਡਰਾਈ ਕਾਫ, ਫੀਵਰ ਐਂਡ ਸ਼ੋਰਟਨੈਸ ਆਫ ਬ੍ਰੈਥ, ਜਾਂ ਕਿਸੇ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡਾਇਰੀਆ ਵੀ ਹੋ ਸਕਦਾ, ਕਿਸੇ ਦਾ ਗਲਾ ਦਰਦ ਹੋ ਰਿਹਾ, ਕਿਸੇ ਨੂੰ ਜ਼ੁਕਾਮ ਹੋ ਗਿਆ, ਉਸ ਸਿਚੁਏਸ਼ਨ ਵਿੱਚ ਵੀ ਤੁਸੀਂ ਕਹੋਗੇ ਕਿ ਦੇ ਸ਼ੁੱਡ ਇਮੀਡੀਏਟਲੀ ਸੀਕ ਮੈਡੀਕਲ ਹੈਲਪ? ਹਾਂਜੀ, ਜਿਹੜੀ you know is symptom hege ya te persistent hege te definitely apne doctor de office phone karo. So par jidon tanu shortness of breath hege oh tada red flag ya, kyunki normal jehdi shortness of breath nahi honi chahidi jinna te tere lungs jehde ya jehde phephde hege ya jinna te tak oh involve nahi hunde normally apanu shortness of breath nahi hundi. So je kise nu vi at jidon vi shortness of breath aagi it means it's a serious thing. So we ਆਪਾਂ ਨੂੰ ਮੇਕ ਸ਼ੋਰ ਕਰਨਾ ਕਿ ਆਪਣੇ ਡਾਕਟਰ ਆਫਿਸ ਨੂੰ ਆਪਾਂ ਇਨਫੋਰਮ ਕਰੀਏ. ਤੇ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਆਪਾਂ ਇਕੱਲਾ ਜਿਹੜਾ ਆਪਣੇ ਆਪ ਨੂੰ ਨਹੀਂ ਪ੍ਰੋਟੈਕਟ ਕਰਨਾ, ਆਪਾਂ ਬਾਕੀ ਕਮਿਊਨਿਟੀ ਨੂੰ ਵੀ ਪ੍ਰੋਟੈਕਟ ਕਰਨਾ. ਸੋ ਆਪਾਂ ਮੇਕ ਸ਼ੋਰ ਕਰਨਾ ਜੇ ਆਪਾਂ ਜਾ ਰਹੇ ਹਾਂ ਐਮਰਜੈਂਸੀ ਜਾਂ ਜਿੱਥੇ ਜਾ ਰਹੇ ਹਾਂ, ਆਪਾਂ ਮਾਸਕ ਜਿਹੜਾ ਹੈਗਾ ਕਾਮਨਲੀ ਅਵੇਲੇਬਲ ਸਰਜੀਕਲ ਮਾਸਕ ਉਹ ਐਟਲੀਸਟ ਉਹ ਪਾ ਲਈਏ, ਕਿਉਂਕਿ ਉਹਦੇ ਨਾਲ ਆਪਾਂ ਜਿਹੜਾ ਆਪਾਂ ਦੂਜਿਆਂ ਨੂੰ ਇਨਫੈਕਸ਼ਨ ਆਪਾਂ ਰੋਕ ਸਕਦੇ ਹੈਗੇ ਆ. ਜੀ ਜੀ. ਸੋ ਇਸ ਕਰਕੇ ਜਿਹੜਾ ਜ਼ਰੂਰੀ ਹੈ, ਇਸੇ ਕਰਕੇ ਆਈ ਥਿੰਕ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਕਿ ਬਿਫੋਰ ਤੁਸੀਂ ਐਮਰਜੈਂਸੀ ਰੂਮ ਜਾਂਦੇ ਆ ਜਾਂ ਡਾਕਟਰ ਆਫਿਸ ਆਉਂਦੇ, ਆਪਣੇ ਡਾਕਟਰ ਦੇ ਨਾਲ ਤੁਸੀਂ ਫੋਨ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਤੁਸੀਂ, ਆਈ ਨੋ ਸਾਰੇ ਡਾਕਟਰ ਹੁਣ ਬਹੁਤ ਬਿਜ਼ੀ ਇਹਦੇ ਕਰਕੇ, ਬਟ ਸਟਿਲ ਕੋਸ਼ਿਸ਼ ਕਰੋ ਵੀ ਜੇ ਉਹ ਟ੍ਰੀਆਜ ਕਰ ਸਕਣ ਤੁਹਾਨੂੰ, ਤੇ ਆਈ ਥਿੰਕ ਉਹਦੇ ਨਾਲ ਆਪਾਂ ਜਿਹੜੀ ਇਹਨੂੰ ਸਪਰੈਡ ਹੈਗੀ ਆ ਜਾਂ ਜਿਹੜਾ ਫਲਾਹ ਹੈਗਾ ਜਿਹੜਾ ਉਹਨੂੰ ਆਪਾਂ ਬਹੁਤ ਹੱਦ ਤੱਕ ਰੋਕ ਸਕਦੇ ਹਾਂ. ਕਿਉਂਕਿ ਜੇ ਕਿਸੇ ਨੂੰ ਹੈਗੀ ਆ ਤੇ ਉਹ ਬਗੈਰ ਪ੍ਰਿਕੋਸ਼ਨ ਤੋਂ ਐਮਰਜੈਂਸੀ ਰੂਮ ਚਲੇ ਜਾਂਦਾ, ਉੱਥੇ ਜਿਹੜੀ ਨਰਸ ਆ, ਜਿਹੜੀ ਟ੍ਰੀਆਜ ਦੇ ਉੱਤੇ ਜਿਹੜੇ ਅਸਿਸਟੈਂਟ ਹੈਗੇ ਆ, ਆਪਾਂ ਉਹਨਾਂ ਨੂੰ ਵੀ ਦੇ ਸਕਦੇ ਹਾਂ. ਸੋ ਇਸ ਕਰਕੇ ਆਪਾਂ ਨੂੰ ਬਹੁਤ ਧਿਆਨ ਰੱਖਣਾ ਕਿ ਆਪਾਂ ਹੋਰ ਕਿਸੇ ਨੂੰ ਇਨਫੈਕਸ਼ਨ ਨਾ ਦੇ ਦਈਏ. ਸੋ ਸਭ ਤੋਂ ਸਿੰਪਲ ਚੀਜ਼ ਜਿਹੜੀ ਆਪਾਂ ਇਹ ਕਰ ਸਕਦੇ ਹਾਂ ਵੀ ਆਪਾਂ ਮਾਸਕ ਪਾ ਲਈਏ ਜੇ ਆਪਾਂ ਜਾ ਰਹੇ ਹਾਂ ਕਿ ਦਿਖਾਉਣ ਵਾਸਤੇ. ਜੀ ਡਾਕਟਰ ਸਾਹਿਬ, ਇਸ ਦੇ ਜਿਹੜੀ ਪ੍ਰੀਵੈਂਸ਼ਨ ਹੈ ਔਰ ਸਪਰੈਡ ਹੈ, ਉਹ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ, ਪਰਟੀਕੁਲਰ ਇਨ ਦਾ ਸਰਕਮਸਟੈਂਸ ਵੈਨ ਵੀ ਡੋਂਟ ਹੈਵ ਅ ਡੈਫੀਨੇਟ ਕਿਓਰ ਐਟ ਦਿਸ ਸਟੇਜ. ਹਾਲੇ ਜਦ ਸਾਡੇ ਕੋਲ ਇੱਕ ਡੈਫੀਨੇਟ ਇਲਾਜ ਨਹੀਂ ਹੈ, ਇਹ ਆਈ ਥਿੰਕ ਇਹ ਮੋਸਟ ਇੰਪੋਰਟੈਂਟ ਟੋਪਿਕ ਹੈ, ਔਰ ਇਸ ਬਾਰੇ ਅਸੀਂ ਤੁਹਾਡੇ ਨਾਲ ਹੋਰ ਡਿਟੇਲ ਵਿੱਚ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ. ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ. ਦ ਵੇ ਫਾਰਵਰਡ ਇਜ਼ ਤੁਹਾਡਾ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ. ਡਾਕਟਰ ਪਨੂ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਇਸਦੀ ਜੋ ਪ੍ਰੀਵੈਂਸ਼ਨ ਹੈ ਔਰ ਸਪਰੈਡ ਨੂੰ ਕਿਵੇਂ ਰੋਕਣਾ, ਇਸਦੇ ਬਾਰੇ 'ਚ ਆਪਾਂ ਥੋੜ੍ਹੀ ਗੱਲ ਕਰਨੀ ਸ਼ੁਰੂ ਕੀਤੀ ਸੀ. ਇਹ ਬੜਾ ਇੰਪੋਰਟੈਂਟ ਹੈ ਸਾਡੇ ਵਾਸਤੇ ਸਮਝਣਾ, ਸਭ ਤੋਂ ਪਹਿਲਾਂ ਕਿ ਇਹ ਜੋ ਵਾਇਰਸ ਹੈ ਇਹ ਫੈਲਦਾ ਕਿਵੇਂ,
ਅਸੀਂ ਸਮਝਦੇ ਹਾਂ ਕਿ ਕੁਝ ਡਿਜ਼ੀਜ਼ ਹੁੰਦੇ ਹਨ ਜਿਨ੍ਹਾਂ ਨੂੰ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਹਨ, ਜੋ ਏਅਰਬੋਰਨ ਹੁੰਦੇ ਹਨ, ਹਵਾ ਵਿੱਚ ਜਿਹੜਾ ਉਹਨਾਂ ਦਾ ਉਹ ਤੁਸੀਂ ਸਾਨੂੰ ਜ਼ਿਆਦਾ ਦੱਸ ਸਕਦੇ ਹੋ, ਜਿਹੜਾ ਵਾਇਰਸ ਹੈ ਜਾਂ ਬੈਕਟੀਰੀਆ ਹੈ ਉਹ ਟਰੈਵਲ ਕਰ ਸਕਦਾ ਹੈ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਹੁੰਦਾ ਹੈ, ਰਾਈਟ? ਵੀ ਅੰਡਰਸਟੈਂਡ ਕਿ ਇਹ ਜਿਹੜਾ ਵਾਇਰਸ ਹੈ ਇਹ ਏਅਰਬੋਰਨ ਨਹੀਂ ਹੈ, ਦੇ ਆਰ ਅਦਰ ਵੇਜ਼ ਆਫ ਸਪਰੈਡਿੰਗ ਇਟ। ਸਾਨੂੰ ਪਲੀਜ਼ ਥੋੜ੍ਹਾ ਸਮਝਾਓਗੇ ਇਸ ਬਾਰੇ 'ਚ? ਹਾਂਜੀ ਹਾਂਜੀ, ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਟਿਪੀਕਲੀ ਜਿਹੜੇ ਇਨਫੈਕਸ਼ਨ ਹੁੰਦੇ ਇਸ ਤਰ੍ਹਾਂ ਦੇ ਜੀ, ਉਹ ਦੋ ਤਰੀਕੇ ਨਾਲ ਫੈਲਦੇ ਹੈਗੇ ਆ ਜੀ। ਇਹ ਇੱਕ ਹੁੰਦੇ ਆ ਜਿਹਨੂੰ ਆਪਾਂ ਡ੍ਰੋਪਲੈਟ ਕਹਿੰਦੇ ਹਾਂ। ਡ੍ਰੋਪਲੈਟ ਹੁੰਦਾ ਕਿ ਜਦੋਂ ਆਪਾਂ ਛਿੱਕਦੇ ਹਾਂ ਜਾਂ ਜਦੋਂ ਆਪਾਂ ਖੰਘਦੇ ਹਾਂ ਜੀ, ਤੇ ਜਿਹੜੇ ਪਾਰਟੀਕਲ ਹੁੰਦੇ ਵਾਇਰਸ ਵਾਲੇ ਪਾਰਟੀਕਲ, ਉਹ ਜਿਹੜੇ ਡ੍ਰੋਪਲੈਟ ਦੇ ਉੱਤੇ ਹੋ ਕੇ ਤੇ ਉਹ 6 ਫੁੱਟ ਤੱਕ ਆਪੋ ਫੈਲ ਸਕਦੇ। ਜਦੋਂ ਆਪਾਂ ਖੰਘਦੇ ਹਾਂ ਛਿੱਕਦੇ ਹਾਂ 6 ਫੁੱਟ ਤੱਕ ਜਾ ਸਕਦੇ ਆ ਜੀ। ਤੇ ਜਦੋਂ ਉਹ 6 ਫੁੱਟ ਤੱਕ ਜਾਂਦੇ ਆ, ਉਹ ਕਿਸੇ ਦੇ ਮੂੰਹ ਤੇ ਲੱਗ ਸਕਦੇ ਆ ਜਾਂ ਸਿੱਧਾ ਸਾਹ ਨਹੀਂ ਆਪਣੇ ਫੇਫੜਿਆਂ ਤੇ ਜਾ ਸਕਦੇ ਆ, ਇਹਨੂੰ ਆਪਾਂ ਕਹਿੰਦੇ ਆ ਡ੍ਰੋਪਲੈਟ। ਕਿਉਂਕਿ ਇਹ ਡ੍ਰੋਪਲੈਟ ਕੀ ਇਹ ਹੈਵੀ ਹੁੰਦੇ ਆ, ਇਸ ਕਰਕੇ ਇਹ ਡਿੱਗ ਜਾਂਦੇ ਥੱਲੇ ਗਰਾਊਂਡ ਤੇ ਕੱਪੜਿਆਂ ਤੇ ਮੂੰਹ ਤੇ। ਸੋ ਇਹ ਹੁੰਦਾ ਡ੍ਰੋਪਲੈਟ। ਸੋ ਦੂਸਰਾ ਜਿਹੜਾ ਚੀਜ਼ ਜਿਹੜਾ ਹੈਗਾ ਉਹ ਇਹ ਤੋਂ ਜਿਹੜਾ ਖਤਰਨਾਕ ਐਕਚੁਅਲੀ ਹੈਗਾ, ਉਹਨੂੰ ਆਪਾਂ ਕਹਿੰਦੇ ਏਅਰਬੋਰਨ। ਉਹਦੇ ਜਿਹੜੇ ਪਾਰਟੀਕਲ ਹੁੰਦੇ ਉਹ ਬਹੁਤ ਲਾਈਟ ਵੇਟ ਹੁੰਦੇ ਆ, ਉਹ ਕੀ ਹੁੰਦੇ ਉਹ ਹਵਾ ਦੇ ਵਿੱਚ ਰਹਿੰਦੇ ਆ। ਸੋ ਜਿਵੇਂ ਆਪਾਂ ਮੀਜ਼ਲਸ ਜਿਹਨੂੰ ਆਪਾਂ ਖਸਰਾ ਕਹਿੰਦੇ ਪੰਜਾਬੀ ਦੇ ਵਿੱਚ, ਜਦੋਂ ਮੀਜ਼ਲਸ ਦੇ ਵਿੱਚ ਹੁੰਦਾ ਉਹ ਏਅਰਬੋਰਨ ਹੁੰਦਾ, ਉਹ ਆਪਾਂ ਹਵਾ ਵਿੱਚ ਬਹੁਤ ਟਾਈਮ ਤੇ ਰਹਿੰਦਾ, ਉਹ 100 ਫੀਟ ਤੱਕ ਜਾ ਸਕਦਾ। ਅੱਛਾ ਜੀ। ਸੋ ਇਸ ਕਰਕੇ ਜਿਹੜੇ ਇਹ ਆਪਾਂ ਲੱਕੀ ਆ ਕਿ ਈਵਨ ਦੋ ਇਹ ਡੇਂਜਰਸ ਵਾਇਰਸ ਹੈਗੀ ਆ, ਪਰ ਇਹ ਸਟਿਲ ਥਰੂ ਡ੍ਰੋਪਲੈਟ ਹੈਗਾ, ਇਸ ਕਰਕੇ ਜਿਹੜਾ ਇਹਦਾ ਫਲਾਅ ਹੈਗਾ ਉਹ 6 ਫੁੱਟ ਤੱਕ ਹੈਗਾ ਜੇ ਆਪਾਂ ਛਿੱਕ ਮਾਰਦੇ ਹਾਂ ਜਾਂ ਆਪਾਂ ਖੰਘਦੇ ਹਾਂ। ਪਰ ਛਿੱਕਣ ਤੇ ਖੰਘਣ ਤੋਂ ਇਲਾਵਾ ਜੇ ਆਪਾਂ ਉਹ ਜਦੋਂ ਖੰਘਦੇ ਹਾਂ ਛਿੱਕਦੇ ਆਪਾਂ ਹੱਥ ਆਪਣਾ ਯੂਜ਼ ਕਰਦੇ ਹਾਂ ਉਹਨੂੰ ਰੋਕਣ ਵਾਸਤੇ, ਤੇ ਉਹ ਆਪਾਂ ਹੱਥ ਜੇ ਆਪਾਂ ਟੇਬਲ ਤੇ ਲਾ ਦਿੰਦੇ ਹਾਂ ਜਾਂ ਚੇਅਰ ਤੇ ਲਾ ਦਿੰਦੇ ਹਾਂ ਜਾਂ ਆਪਾਂ ਕੋਈ ਡੋਰ ਨੋਬ ਹੈਗੀ ਉੱਥੇ ਲਾ ਦਿੰਦੇ ਹਾਂ ਜਾਂ ਆਪਾਂ ਗਲਾਸ ਜਿਹੜਾ ਹੈਗਾ ਆਪਣਾ ਤੇ ਆਪਾਂ ਹੋਰ ਕਿਸੇ ਨੂੰ ਦੇ ਦਿੰਦੇ। ਸੋ ਜੇ ਕੋਈ ਹੋਰ ਬੰਦਾ ਆ ਕੇ ਉਸ ਟੇਬਲ ਨੂੰ ਜਾਂ ਡੋਰ ਨੋਬ ਨੂੰ ਜਾਂ ਜਿਹੜੀ ਚੀਜ਼ ਨੂੰ ਵੀ ਆਪਾਂ ਹੱਥ ਲਾਇਆ ਉਹਨੂੰ ਹੱਥ ਲਾ ਕੇ ਆਪਣੇ ਨੱਕ ਜਾਂ ਮੂੰਹ ਨੂੰ ਹੱਥ ਲਾ ਲਏ ਤੇ ਉੱਥੋਂ ਵੀ ਫੈਲ ਸਕਦਾ। ਸੋ ਇਸ ਕਰਕੇ ਦੋ ਤਰੀਕਿਆਂ ਨਾਲ, ਇੱਕ ਡਾਇਰੈਕਟਲੀ ਜਦੋਂ ਖੰਘਣ ਦੇ ਛਿੱਕਣ ਦੇ ਨਾਲ ਤੇ ਦੂਸਰਾ ਟੱਚ ਕਰਨ ਦੇ ਨਾਲ ਇਹ ਫੈਲ ਸਕਦਾ। ਸੋ ਇਹ ਦੋ ਤਰੀਕੇ ਜਿਹੜੇ ਮੇਨ ਹੈਗੇ ਤੇ ਜਿਹੜੀਆਂ ਪ੍ਰੀਵੈਂਸ਼ਨ ਹੈਗੀਆਂ ਉਹਦੇ ਬੇਸ ਦੇ ਉੱਤੇ ਪ੍ਰੀਵੈਂਸ਼ਨ ਹੈਗੀ ਆ। ਜੀ ਜੀ, ਬਟ ਜੇ ਆਪਾਂ ਜੀ ਅਗਰ ਮੈਂ ਤੁਹਾਨੂੰ ਇਹ ਪੁੱਛਾਂ, ਜਿਹੜਾ ਤੁਸੀਂ ਕਿਹਾ ਕਿ ਜਿਹੜਾ ਡ੍ਰੋਪਲੈਟ ਹੈ ਉਹ ਅਗਰ ਟੇਬਲ ਤੇ ਡਿੱਗਦਾ ਹੈ ਤੇ ਕੋਈ ਹੋਰ ਬੰਦਾ ਆ ਕੇ ਹੱਥ ਲਗਾਏ ਤੇ ਕਿੰਨੀ ਦੇਰ ਸਰਵਾਈਵ ਕਰਦਾ ਉਸ ਟੇਬਲ ਤੇ ਜਾਂ ਡੋਰ ਨੋਬ ਤੇ? ਆਈ ਥਿੰਕ ਬਹੁਤ ਵਧੀਆ ਕੁਐਸਚਨ, ਕਿਉਂਕਿ ਜਿਹੜਾ ਟਿਪੀਕਲੀ ਆਪਣਾ ਕੰਪੈਰੀਜ਼ਨ ਹੁੰਦਾ ਫਲੂ, ਫਲੂ ਤੇ ਬਹੁਤ ਕੁਇਕਲੀ ਵਾਇਰਸ ਡਾਈ ਹੋ ਜਾਂਦੀ ਆ ਜੀ। ਸੋ ਹੁਣ ਤੱਕ ਜਿਹੜਾ ਡੇਟਾ ਹੈਗਾ ਅਜੇ, ਬਿਕੋਜ਼ ਇਟਸ ਸੱਚ ਏ ਨਿਊ ਵਾਇਰਸ ਕਿ ਬਹੁਤ ਨਵੀਂ ਵਾਇਰਸ, ਇਸ ਕਰਕੇ ਅਜੇ ਪੂਰਾ ਡੇਟਾ ਨਹੀਂ ਹੈਗਾ। ਪਰ ਜਿੰਨਾ ਹੁਣ ਤੱਕ ਸਟੱਡੀ ਹੋਇਆ ਉਹਨਾਂ ਕਿਹਾ ਕਿ ਜੇ ਕਿਸੇ ਮੈਟਲ ਤੇ ਜਾਂ ਜਿਹੜੇ ਕਿਸੇ ਹਾਰਡ ਸਰਫੇਸ ਤੇ 12 ਘੰਟੇ ਤੱਕ ਸਰਵਾਈਵ ਕਰ ਸਕਦਾ। 12 ਘੰਟੇ ਤੱਕ? 12 ਘੰਟੇ ਤੱਕ। ਤੇ ਜਿਹੜੇ ਕੱਪੜੇ ਹੈਗੇ 6 ਤੋਂ ਲੈ ਕੇ 12 ਘੰਟੇ ਤੱਕ ਉੱਤੇ ਵੀ ਸਰਵਾਈਵ ਕਰ ਸਕਦਾ। ਸੋ ਇਸ ਕਰਕੇ ਇਹ ਜ਼ਿਆਦਾ ਖਤਰਨਾਕ, ਕਿਉਂਕਿ ਇਹਦੇ ਜਿਹੜਾ ਇੰਨੀ ਛੇਤੀ ਇਹ ਡਾਈ ਡਾਊਨ ਨਹੀਂ ਕਰਦਾ। ਸੋ ਨੋਰਮਲੀ ਜਿਹੜਾ ਆਪਾਂ ਜਦੋਂ ਫਲੂ ਹੁੰਦੀ ਉਹਦੇ ਬਿਲਕੁਲ ਛੇਤੀ ਡਾਈਜ਼ ਡਾਊਨ, ਸੋ ਇਸ ਕਰਕੇ ਉਹਦਾ ਸਪਰੈਡ ਇੰਨਾ ਜ਼ਿਆਦਾ ਨਹੀਂ। ਪਰ ਇਹ ਕਿਉਂਕਿ ਸਰਫੇਸ ਤੇ ਇੰਨਾ ਚਿਰ ਤੱਕ ਰਹਿੰਦਾ, ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਪਾਂ ਉਹ ਜਿਹੜੇ ਸਰਫੇਸ ਨੂੰ ਲਾਈਸੋਲ ਦੇ ਨਾਲ ਜਾਂ ਹੋਰ ਕਿਸੇ ਐਂਟੀ ਜਿਹੜਾ ਐਂਟੀਵਾਇਰਲ ਜਾਂ ਐਂਟੀਬੈਕਟੀਰੀਅਲ ਜਿਹੜੇ ਸੈਨੇਟਾਈਜ਼ ਉਹਦੇ ਨਾਲ ਜਾਂ ਕਿਸੇ ਚੀਜ਼ ਨਾਲ ਆਪਾਂ ਉਹਨਾਂ ਨੂੰ ਸਾਫ਼ ਰੱਖੀਏ। ਸੋ ਇਸ ਕਰਕੇ ਜਿਹੜਾ ਇਕੱਲਾ ਆਪਾਂ ਆਪਣਾ ਮੂੰਹ ਕਵਰ ਕਰਨਾ ਜਾਂ ਛਿੱਕਣਾ ਉਹਦੇ ਨਾਲ ਨਹੀਂ, ਉਸ ਤੋਂ ਇਲਾਵਾ ਵੀ ਆਪਾਂ ਨੂੰ ਜਿਹੜੇ ਵੀ ਕੰਟੈਕਟ ਸਰਫੇਸਿਸ ਹੈਗੇ ਆ, ਜੇ ਆਪਾਂ ਗੁਰਦੁਆਰਾ ਸਾਹਿਬ ਵੀ ਹੈਗੇ ਆ, ਜੇ ਹੁਣ ਆਪਾਂ ਟੂਟੀ ਨੂੰ ਹੱਥ ਲਾਇਆ ਆਪਾਂ ਖੰਘ ਕੇ, ਆਪਾਂ ਨੂੰ ਉਹਨੂੰ ਵੀ ਰੈਗੂਲਰਲੀ ਉਹਨੂੰ ਕਲੀਨ ਕਰਨਾ ਪੈਣਾ। ਜੇ ਆਪਾਂ ਡੋਰ ਨੋਬ ਨੂੰ ਹੱਥ ਲਾਇਆ ਉਹਨੂੰ ਵੀ ਆਪਾਂ ਨੂੰ ਰੈਗੂਲਰਲੀ ਕਲੀਨ, ਕਿਉਂਕਿ ਕਿੰਨੇ ਲੋਕ ਜਿਹੜਾ ਸੇਮ ਦਰਵਾਜ਼ੇ ਨੂੰ ਆਪਾਂ ਐਂਟਰ ਕਰਦੇ ਜਦੋਂ ਆਪਾਂ ਦੀਵਾਨ ਹਾਲ ਮੇਨ ਦਰਵਾਜ਼ੇ ਹੱਥ ਜਾਂਦੇ ਹਾਂ। ਸੋ ਇਸ ਕਰਕੇ ਆਪਾਂ ਨੂੰ ਰੈਗੂਲਰਲੀ ਉਹਨਾਂ ਨੂੰ ਆਪਾਂ ਨੂੰ ਕਲੀਨ ਅਪ ਕਰਨਾ ਪੈਣਾ ਤਾਂ ਕਿ ਆਪਾਂ ਜਿਹੜਾ ਡਾਕਟਰ ਪਦਮ, ਅਸੀਂ ਇਹ ਟੀ ਵੀ 'ਤੇ ਬੜਾ ਸੁਣਦੇ ਹਾਂ, ਉਹ ਕਹਿੰਦੇ ਕਿ ਆਪਣੇ ਫੇਸ ਨੂੰ ਟੱਚ ਨਾ ਕਰੋ। ਜਿਵੇਂ ਕਿ ਡਾਕਟਰ ਪਨੂ ਦੱਸ ਰਹੇ, ਅਸੀਂ ਇਹ ਸਮਝ ਰਹੇ ਹਾਂ ਕਿ ਅਗਰ ਡੋਰ ਨੋਬ 'ਤੇ ਉਹ ਵਾਇਰਸ ਹੈਗਾ ਅਤੇ ਤੁਸੀਂ ਉਸ ਡੋਰ ਨੋਬ ਨੂੰ ਟੱਚ ਕਰਦੇ ਹੋ, ਉਸਦੇ ਨਾਲ ਤੁਹਾਨੂੰ ਇਨਫੈਕਸ਼ਨ ਨਹੀਂ ਹੋਏਗੀ, ਬਟ ਉਹ ਹੱਥ ਜਿਸਦੇ ਨਾਲ ਤੁਸੀਂ ਡੋਰ ਨੋਬ ਨੂੰ ਟੱਚ ਕੀਤਾ, ਉਹ ਜਦ ਤੁਸੀਂ ਆਪਣੇ ਫੇਸ 'ਤੇ ਲੈ ਕੇ ਜਾਂਦੇ ਹੋ, ਆਪਣੇ ਮਾਊਥ 'ਤੇ ਆਪਣੇ ਆਈਜ਼ 'ਤੇ ਕਿਸੇ ਚੀਜ਼ ਨਾਲ ਕੰਟੈਕਟ ਕਰਦੇ ਹੋ, ਇਦਾਂ ਉਹ ਇਨਫੈਕਸ਼ਨ ਫੈਲਦੀ ਹੈ। ਇਜ਼ ਦੈਟ ਰਾਈਟ?
Hanji, that is right. So infection failed here, people to people. So jede bimar loki hande to see unna to bacha ke raho. Te jede contact surfaces di gal ho rahi hai, you know, CDC de thode din pehle unhone likhya si bhi virus 9 din tak bhi reh sakti hai hard surfaces te. ਪਰ ਫਿਰ ਜਿਸ ਤਰ੍ਹਾਂ ਨਵੀਂ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਪਤਾ ਲੱਗਦਾ ਹੈ ਵੀ ਸਾਨੂੰ ਇਸ ਵਾਇਰਸ ਦੇ ਬਾਰੇ ਹੋਰ ਪਤਾ ਲੱਗਦਾ ਹੈ ਤੇ ਹੁਣ ਰੈਕਮੈਂਡੇਸ਼ਨ ਹੈਗੀ ਹੈ ਕਿ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਸਰਵਾਈਵ ਕਰ ਸਕਦੀ ਹੈ ਤੇ ਉਸ ਲਈ ਜੇ ਤੁਸੀਂ ਆਪਣੀ ਅੱਖਾਂ ਨੱਕ ਮੂੰਹ ਨੂੰ ਹੱਥ ਲਗਾਉਂਦੇ ਹੋ ਤੇ ਉਸ ਦੇ ਨਾਲ ਇਹ ਵਾਇਰਸ ਤੁਹਾਡੇ ਅੰਦਰ ਜਾਂਦੀ ਹੈ ਤੇ ਉੱਥੋਂ ਤੁਹਾਡੇ ਲੰਗਸ ਤੋਂ ਚ ਜਾਂਦੀ ਹੈ ਸੋ ਇਹ ਗੱਲ ਠੀਕ ਹੈਗੀ ਹੈ ਵੀ ਤੁਸੀਂ ਆਪਣੇ ਜਿੰਨੇ ਮੂੰਹ ਨੂੰ ਹੱਥ ਲਗਾਉਣ ਤੋਂ ਆਪਣੇ ਆਪ ਨੂੰ ਰੋਕ ਸਕਦੇ ਹੋ ਤੇ ਜੇ ਤੁਸੀਂ ਕੋਈ ਵੀ ਬਾਹਰ ਚੀਜ਼ ਨੂੰ ਹੱਥ ਲਗਾਉਂਦੇ ਹੋ ਘਰ ਚੀਜ਼ਾਂ ਨੂੰ ਹੱਥ ਲਗਾਉਂਦੇ ਹੋ ਤੁਸੀਂ ਆਪਣੇ ਉਸ ਤੋਂ ਬਾਅਦ 20 ਸੈਕਿੰਡ ਲਈ ਅੱਛੀ ਤਰ੍ਹਾਂ ਗਰਮ ਪਾਣੀ ਤੇ ਸਾਬਣ ਦੇ ਨਾਲ ਆਪਣੇ ਹੱਥ ਧੋਵੋ ਜਿਨ ਖਾਣ ਤੋਂ ਪਹਿਲੇ ਆਪਣੇ ਹੱਥ ਧੋਵੋ ਤੇ ਆਪਣੇ ਮੂੰਹ ਤੇ ਮੇਕਅਪ ਕਰਨ ਤੋਂ ਪਹਿਲੇ ਜਾਂ ਤੁਸੀਂ ਆਪਣੀ ਅੱਖਾਂ ਨੂੰ ਜੇ ਨੱਕ ਨੂੰ ਕਿਤੇ ਵੀ ਟੱਚ ਕਰਨਾ ਉਸ ਤੋਂ ਪਹਿਲੇ ਤੁਸੀਂ ਆਪਣੇ ਹੱਥ ਧੋਵੋ ਤੇ ਜੇ ਤੁਸੀਂ ਬਿਮਾਰ ਹੋ ਤੁਸੀਂ ਘਰ ਰਹੋ ਜੇ ਤੁਹਾਨੂੰ ਖੰਘ ਆਉਂਦੀ ਹੈ ਜਾਂ ਤੁਸੀਂ ਛਿੱਕਦੇ ਹੋ ਤੇ ਇੱਕ ਟਿਸ਼ੂ ਯੂਜ ਕਰੋ ਜੇ ਜਿਹੜਾ ਤੁਸੀਂ ਯੂਜ ਕਰਕੇ ਗਾਰਬੇਜ ਦੇ ਵਿੱਚ ਸੁੱਟ ਸਕਦੇ ਹੋ ਕਿਉਂਕਿ ਅਸੀਂ ਉਹ ਕੰਟੈਕਟ ਪ੍ਰੀਵੈਂਟ ਕਰਨਾ ਹੱਥ ਲਗਾਉਣਾ ਡਾਇਰੈਕਟਲੀ ਜਿਹੜੇ ਡਾਕਟਰ ਪੰਨੂ ਗੱਲ ਕਰ ਰਹੇ ਸੀ ਤੇ ਜਿਹੜੀਆਂ ਚੀਜ਼ਾਂ ਨੂੰ ਹਾਊਸ ਹੋਲਡ ਦੇ ਭਾਵੇਂ ਸਰਫਿਸਿਸ ਹੈ ਤੁਸੀਂ ਦੇਖੋ ਭਾਵੇਂ ਤੁਸੀਂ ਮਾਈਕ੍ਰੋਵੇਵ ਟੱਚ ਕਰਦੇ ਹੋ ਸਵਿੱਚ ਹੁੰਦੇ ਆ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਸੋਚਦੇ ਉਹਨਾਂ ਨੂੰ ਤੁਸੀਂ ਰੈਗੂਲਰ ਹਾਊਸ ਹੋਲਡ ਕਲੀਨਰ ਜਾਂ ਸਪਰੇ ਜਾਂ ਵਾਈਪ ਦੇ ਨਾਲ ਤੁਸੀਂ ਕਲੀਨ ਕਰ ਸਕਦੇ ਹੋ ਤੇ ਆਪਣੇ ਫੋਨ ਨੂੰ ਵੀ ਫੋਨ ਕਾਫੀ ਇਨਫੈਕਟਿਡ ਹੁੰਦੇ ਆ ਲੋਕਾਂ ਦੇ ਤੇ ਉਹ ਵੀ ਸਾਫ਼ ਕਰਨਾ ਬੜਾ ਜ਼ਰੂਰੀ ਹੈ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਵੀ ਤੁਸੀਂ ਆਪਣੇ ਮੂੰਹ ਨੂੰ ਕਵਰ ਕਰਕੇ ਛਿੱਕਣਾ ਜਾਂ ਖੰਘਣਾ ਟਿਸ਼ੂ ਦੇ ਨਾਲ ਆਪਣੇ ਤੁਸੀਂ ਹੱਥ ਧੋਣੇ ਆ ਤੇ ਤੁਸੀਂ ਜਿਹੜੇ ਬਿਮਾਰ ਹੈਗੇ ਆ ਲੋਕੀ ਉਹਨਾਂ ਤੋਂ ਉਹਨਾਂ ਨੂੰ ਘਰ ਰਹਿਣਾ ਚਾਹੀਦਾ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਐਕਸੈਪਟ ਕਹਿੰਦੇ ਕਿ ਟੂ ਗੈਟ ਮੈਡੀਕਲ ਕੇਅਰ ਮਤਲਬ ਕਿ ਜੇ ਤੁਹਾਨੂੰ ਮੈਡੀਕਲ ਕੇਅਰ ਦੀ ਲੋੜ ਹੈਗੀ ਹੈ ਫਿਰ ਤੁਸੀਂ ਬਾਹਰ ਜਾਓ ਨਹੀਂ ਤਾਂ ਜੇ ਤੁਸੀਂ ਬਿਮਾਰ ਹੋ ਫਿਰ ਤੁਸੀਂ ਘਰ ਉਹਦਾ ਟ੍ਰੀਟਮੈਂਟ ਕਰੋ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਿਵੇਂ ਡਾਕਟਰ ਪੰਨੂ ਨੇ ਕਿਹਾ ਕਿ ਡੋਰ ਨੋਬਸ ਜਿਹੜੇ ਨੇ ਉਹਨਾਂ ਦੇ ਉੱਪਰ ਇਹ ਚੀਜ਼ ਮੈਟਲ ਦੇ ਉੱਪਰ ਸਰਵਾਈਵ ਕਰ ਜਾਂਦੀ ਹੈ ਔਰ ਹੁਣ ਹਰ ਵੇਲੇ ਤੇ ਤੁਸੀਂ ਇੱਕ ਹਰ ਡੋਰ ਨੋਬ ਖੋਲ੍ਹ ਕੇ ਤੁਸੀਂ ਹੱਥ ਧੋਣ ਵਾਸਤੇ ਨਹੀਂ ਜਾ ਸਕਦੇ ਅਗਰ ਜਿਵੇਂ ਆਪਾਂ ਸੈਨੀਟਾਈਜ਼ਰ ਜੇਬ ਵਿੱਚ ਰੱਖਦੇ ਹਾਂ ਅਸੀਂ ਡੋਰ ਨੋਬ ਖੋਲ੍ਹਿਆ ਔਰ ਉਸ ਤੋਂ ਬਾਅਦ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰ ਲਿਆ ਕਿਆ ਅਸੀਂ ਇਹ ਇਨਫੈਕਸ਼ਨ ਉੱਥੇ ਪ੍ਰੀਵੈਂਟ ਕਰ ਸਕਦੇ ਹਾਂ ਕੈਚ ਕਰਨ ਤੋਂ ਜਸਟ ਬਿਕੋਜ਼ ਅਸੀਂ ਜੀ ਹਾਂਜੀ ਡਿਸਪੋਜ਼ਲ ਵਾਈਪਸ ਜਾਂ ਸੈਨੇਟਾਈਜ਼ਰ ਹੱਥ ਤੇ ਲਗਾਉਣ ਲਈ ਤੁਸੀਂ ਵਾਇਰਸ ਨੂੰ ਫੈਲਾਉਣ ਤੋਂ ਤੁਸੀਂ ਰੋਕ ਸਕਦੇ ਹੋ ਔਰ ਖੁਦ ਵੀ ਇਨਫੈਕਸ਼ਨ ਹੋਣ ਤੋਂ ਬੇਸ਼ੱਕ ਅਗਰ ਉਹ ਡੋਰ ਨੋਬ ਤੇ ਆਲਰੇਡੀ ਉਹ ਵਾਇਰਸ ਕਿਸੇ ਇਨਫੈਕਟਿਡ ਬੰਦੇ ਦਾ ਹੈਗਾ ਤੇ ਆਪਾਂ ਉਸ ਨੂੰ ਟੱਚ ਕੀਤਾ ਔਰ ਜਾਂ ਉਹ ਟੇਬਲ ਟੱਚ ਕੀਤਾ ਔਰ ਉਸ ਤੋਂ ਬਾਅਦ ਬਿਫੋਰ ਵੀ ਮੇਕ ਕੰਟੈਕਟ ਵਿਦ ਅਰ ਫੇਸ ਉਸ ਨੂੰ ਆਪਾਂ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰ ਲਈਏ ਕਿਆ ਅਸੀਂ ਉਹ ਇਨਫੈਕਸ਼ਨ ਪ੍ਰੀਵੈਂਟ ਕਰ ਰਹੇ ਹਾਂ ਉੱਥੇ ਸੋ ਜੇ ਕੋਈ ਵਿਜ਼ਿਬਲ ਸੋਇਲ ਹੋਏ ਜੇ ਤੁਹਾਨੂੰ ਕੋਈ ਚੀਜ਼ ਕੋਈ ਨਜ਼ਰ ਆਉਂਦੀ ਹੈ ਜਿਹੜੀ ਗੰਦੀ ਹੈਗੀ ਹੈ ਸੀਡੀਸੀ ਦੀ ਰੈਕਮੈਂਡੇਸ਼ਨ ਹੈਗੀ ਹੈ ਕਿ ਜੇ ਉਹ ਜੇ ਉਸ ਤਰ੍ਹਾਂ ਦੀ ਗੱਲ ਹੈ ਕਿ ਤੁਹਾਨੂੰ ਦਿਖਾਈ ਗੰਦ ਦਿਖਾਈ ਦਿੰਦਾ ਤੇ ਤੁਸੀਂ ਉਹਨੂੰ ਹੱਥ ਲਗਾਇਆ ਫਿਰ ਸਾਬਣ ਤੇ ਪਾਣੀ ਨਾਲ ਹੱਥ ਧੋਵੋ ਤੇ ਜੇ ਸਾਬਣ ਐਂਡ ਪਾਣੀ ਨਹੀਂ ਹੈਗੇ ਅਵੇਲੇਬਲ ਨਹੀਂ ਹੈਗੇ ਫਿਰ ਤੁਸੀਂ ਸੈਨੇਟਾਈਜ਼ਰ ਯੂਜ਼ ਕਰੋ ਜਿਹਦੇ 'ਚ ਐਟਲੀਸਟ 60% ਐਲਕੋਹੋਲ ਕੰਟੈਂਟ ਹੋਏ ਹਾਂਜੀ ਤੇ ਪਰ ਜੇ ਤੁਹਾਨੂੰ ਕੁਛ ਨਜ਼ਰ ਨਹੀਂ ਆਉਂਦਾ ਚੀਜ਼ਾਂ ਸਾਫ਼ ਲੱਗਦੀਆਂ ਪਰ ਵਾਇਰਸ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ ਤੇ ਜੇ ਕੋਈ ਡਰਾਈ ਚੀਜ਼ ਤੁਹਾਨੂੰ ਲੱਗਦੀ ਹੈ ਤੇ ਤੁਸੀਂ ਉਹਨੂੰ ਹੱਥ ਲਗਾਉਂਦੇ ਹੋ ਉਹਦੇ ਲਈ ਹੈਂਡ ਸੈਨੇਟਾਈਜ਼ਰ ਜਾਂ ਹੈਂਡ ਵਾਈਪਸ ਸਫੀਸ਼ੀਐਂਟ ਹੈਗੀਆਂ ਜੀ 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 ਡਾਕਟਰ ਸਾਹਿਬ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਔਰ ਕੁਛ ਹੋਰ ਜਿਹੜੇ ਇਸ਼ੂਜ਼ ਹਨ ਕਿ ਆ ਪੈਟਸ ਦੇ ਥਰੂ ਇਹ ਚੀਜ਼ ਆ ਸਕਦੀ ਹੈ ਕਿ ਹੋਰ ਕੀ ਸਾਨੂੰ ਪ੍ਰੀਕੋਸ਼ਨਸ ਲੈਣੇ ਚਾਹੀਦੇ ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਤੁਸੀਂ
द वे फॉरवर्ड ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਡਾਕਟਰ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਹੱਥ ਧੋਣ ਬਾਰੇ, ਸੈਨੀਟਾਈਜ਼ਰ ਦੇ ਯੂਜ਼ ਬਾਰੇ ਦੱਸ ਰਹੇ ਸੀਗੇ, ਐਂਡ ਆਈ ਥਿੰਕ ਦੈਟਸ ਦ ਮੋਸਟ ਇੰਪੋਰਟੈਂਟ ਪਾਰਟ ਆਫ ਪ੍ਰੀਵੈਂਸ਼ਨ ਇਨ ਦਿਸ ਸਿਚੁਏਸ਼ਨ। ਸਾਨੂੰ ਉਸਦੇ ਬਾਰੇ ਥੋੜ੍ਹਾ ਹੋਰ ਦੱਸੋਗੇ? ਹਾਂਜੀ, ਸੋ ਬਹੁਤ ਜ਼ਰੂਰੀ ਹੈ ਕਿ ਸਾਬਣ ਅਤੇ ਪਾਣੀ ਦੇ ਨਾਲ ਐਟਲੀਸਟ 20 ਸੈਕਿੰਡ ਲਈ ਅੱਛੀ ਤਰ੍ਹਾਂ ਹੱਥ ਤੁਸੀਂ ਮਲ ਕੇ ਧੋਣੇ ਆ, ਉਂਗਲਾਂ ਦੇ ਵਿਚਕਾਰ, ਨਹੁੰ ਦੇ ਥੱਲੇ, ਆਪਣੇ ਹੱਥ ਦੇ ਉੱਪਰ ਅਤੇ ਹੱਥ ਦੀ ਪਿਛਲੀ ਜਗ੍ਹਾ ਸਾਰੇ ਅੱਛੀ ਤਰ੍ਹਾਂ ਸਾਬਣ ਲਗਾ ਕੇ 20 ਸੈਕਿੰਡ ਤੱਕ ਤੁਸੀਂ ਉਹਨੂੰ ਇਸ ਤਰ੍ਹਾਂ ਕਰਨਾ ਹੈ। ਅਤੇ ਸਪੈਸ਼ਲੀ ਬਾਥਰੂਮ ਜਾਣ ਤੋਂ ਬਾਅਦ, ਖਾਣ ਤੋਂ ਪਹਿਲੇ ਆਪਣਾ, ਜੇ ਤੁਸੀਂ ਨੋਜ਼ ਬਲੋ ਕੀਤਾ ਉਸ ਤੋਂ ਬਾਅਦ, ਕੋਫਿੰਗ ਜਾਂ ਸਨੀਜ਼ਿੰਗ ਦੇ ਬਾਅਦ ਤੁਸੀਂ ਆਪਣੇ ਇਸ ਤਰ੍ਹਾਂ ਹੱਥ ਧੋਣੇ ਆ। ਅਤੇ ਜੇ ਸਾਬਣ ਅਤੇ ਪਾਣੀ ਨਹੀਂ ਅਵੇਲੇਬਲ ਹੈਗੇ ਤਾਂ ਜਿਹੜੇ ਐਲਕੋਹੋਲ ਬੇਸ ਸੈਨੇਟਾਈਜ਼ਰ ਹੈਗੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਲਗਾਉਣਾ, ਸਾਰੀ ਹੱਥ ਦੀ ਸਰਫੇਸ ਕਵਰ ਕਰਕੇ ਅਤੇ ਉਹਨਾਂ ਨੂੰ ਰਬ ਕਰਕੇ। ਜਦੋਂ ਤੱਕ ਡਰਾਈ ਨਹੀਂ ਹੋ ਜਾਂਦੇ ਹੱਥ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਅੱਛੀ ਤਰ੍ਹਾਂ ਹੱਥ ਸਾਫ ਕੀਤੇ ਆ। ਸੋ ਤੁਹਾਡੇ ਹੱਥ ਡਰਾਈ ਹੋਣੇ ਚਾਹੀਦੇ ਆ, ਫਿਰ ਤੁਸੀਂ ਆਪਣਾ ਕੰਮ ਅੱਗੇ ਕੰਟੀਨਿਊ ਕਰ ਸਕਦੇ ਹੋ। ਤੇ ਕਾਫੀ ਵੀਡੀਓ ਹੈਗੇ ਆ ਆਨਲਾਈਨ ਅਵੇਲੇਬਲ ਵੀ ਕਿਸ ਤਰ੍ਹਾਂ ਹੱਥ ਸਾਫ ਕਰਨੇ ਆ, ਤੁਸੀਂ ਉਹਨਾਂ ਨੂੰ ਸਰਚ ਕਰ ਸਕਦੇ ਹੋ। ਜੀ ਜੀ ਡਾਕਟਰ, ਦੋ ਟੈਕਨੀਕ, ਇਹ ਦੋ ਬੇਸਿਕ ਚੀਜ਼ਾਂ ਕਿ ਹੱਥ ਕਿਵੇਂ ਧੋਣੇ ਹਨ ਔਰ ਤੁਸੀਂ ਸਨੀਜ਼ ਕਿਵੇਂ ਕਰਨਾ ਹੈ, ਖੰਘਣਾ ਕਿਵੇਂ ਹੈ, ਇਸ ਦੇ ਉੱਪਰ ਵੀ ਕਾਫੀ ਵੀਡੀਓਜ਼ ਆਉਂਦੇ ਹਨ। ਅਸੀਂ ਦੇਖਦੇ ਹਾਂ ਕਿ ਉਹ ਦੱਸਦੇ ਹਨ, ਮਤਲਬ ਕਿ ਆਪਣੀ ਐਲਬੋ ਦੇ ਵਿੱਚ ਤੁਸੀਂ ਸਨੀਜ਼ ਕਰੋ ਜਾਂ ਖੰਘ ਕਰੋ। ਇਜ਼ ਦੈਟ ਦਾ ਰਾਈਟ ਵੇ ਟੂ ਡੂ ਇਟ? ਐਲਬੋ ਤੁਸੀਂ ਉਦੋਂ ਯੂਜ ਕਰੋ ਜਦੋਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਦ ਬੈਸਟ ਇਜ਼ ਵੀ ਤੁਸੀਂ ਡਿਸਪੋਜ਼ੇਬਲ ਟਿਸ਼ੂ ਔਰ ਨੈਪਕਿਨ ਯੂਜ ਕਰੋ ਤੇ ਉਹਨੂੰ ਗਾਰਬੇਜ ਵਿੱਚ ਸੁੱਟ ਦਿਓ। ਐਲਬੋ ਦੇ ਵਿੱਚ ਸਨੀਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਤੁਸੀਂ ਫਿਰ ਘਰ ਜਾ ਕੇ ਆਪਣੇ ਕੱਪੜੇ ਲਾਂਡਰੀ ਵਿੱਚ ਪਾ ਕੇ ਧੋਣੇ ਹੈਗੇ ਆ, ਕਿਉਂਕਿ ਪਹਿਲੇ ਜਿਸ ਤਰ੍ਹਾਂ ਡਾਕਟਰ ਆਪਾਂ ਨੂੰ ਕਹਿ ਰਹੇ ਸੀ ਵੀ ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨਾਂ ਤੱਕ ਵਾਇਰਸ ਤੁਹਾਡੀ ਚੀਜ਼ਾਂ ਤੇ ਰਹਿ ਸਕਦੀ ਹੈ। ਉਸ ਕਰਕੇ ਬੈਸਟ ਚੀਜ਼ ਹੈਗੀ ਹੈ ਵੀ ਤੁਸੀਂ ਨੈਪਕਿਨ ਯੂਜ਼ ਕਰੋ, ਜੇ ਕੋਈ ਹੋਰ ਚਾਰਾ ਨਹੀਂ ਫਿਰ ਐਲਬੋ ਦੇ ਵਿੱਚ ਕਰੋ। ਜੀ 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 ਡਾਕਟਰ ਪੰਨੂ, ਇਸ ਸਾਰੀ ਸਰਕਮਸਟੈਂਸ ਵਿੱਚ ਬੜੀ ਇੱਕ ਮਿਸ ਇਨਫੋਰਮੇਸ਼ਨ ਦੀ ਵੀ ਇੱਕ ਯੂਨੋ ਇੱਕ ਪੈਰਲਲ ਕੈਂਪੇਨ ਚੱਲਦੀ ਹੈ। ਕਈ ਜਗ੍ਹਾ ਅਸੀਂ ਸੁਣਦੇ ਹਾਂ ਪਿਆਜ਼ ਖਾਓ, ਯੂਨੋ ਕਈ ਲੋਕ ਕਹਿੰਦੇ ਹਨ ਗਾਂ ਦਾ ਯੂਰੀਨ ਪੀਓ। ਆਈ ਡੋਂਟ ਨੋ ਕਿ ਕਿੱਥੇ ਕੀ ਕੀ ਡਿਫਰੈਂਟ ਸੋਲੂਸ਼ਨਸ ਲੋਕ ਦੱਸਦੇ ਹਨ। ਮਾਸਕਸ ਦੇ ਉੱਪਰ ਅਸੀਂ ਬੜੇ ਡਿਫਰੈਂਟ ਗੱਲਾਂ ਸੁਣਦੇ ਹਾਂ, ਕਿੰਨੇ ਉਹਨਾਂ ਦੀ ਇਫੈਕਟਿਵਨੈਸ ਹੈਗੀ ਹੈ ਕਿ ਨਹੀਂ ਹੈ। ਸਾਨੂੰ ਥੋੜ੍ਹਾ ਜਿਹਾ ਇਸ ਬਾਰੇ ਦੱਸੋਗੇ ਕਿ ਕੀ ਵਾਟ ਆਰ ਦਾ ਅੰਡਰਲਾਈਨ ਥਿੰਗਸ ਦੈਟ ਵੀ ਸ਼ੁੱਡ ਬੀ ਯੂਨੋ ਟੇਕਿੰਗ ਸੀਰੀਅਸਲੀ? ਕਾਮਨਲੀ ਆਪਾਂ ਦੇਖਦੇ ਹਾਂ ਜੀ, ਪਰ ਜਿਹੜੇ ਸਭ ਤੋਂ ਕਾਮਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਰਜੀਕਲ ਮਾਸਕ ਜੀ। ਸੋ ਸਰਜੀਕਲ ਮਾਸਕ ਜਿਹੜੇ ਹੁੰਦੇ ਆ ਯੈਲੋ ਕਲਰ ਦੇ, ਜਿਹੜੇ ਆਪਾਂ ਨਾਰਮਲੀ ਹਰ ਕੋਈ ਯੂਨੋ ਬਾਹਰ ਦੇਖੀਏ ਹਰ ਕੋਈ ਉਹਨੂੰ ਪਾਈ ਫਿਰਦਾ। ਸੋ ਬੇਸਿਕਲੀ ਉਹ ਮੇਨਲੀ ਉਹਨਾਂ ਦਾ ਪਰਪਸ ਹੈਗਾ ਕਿ ਆਪਾਂ ਜਿਹੜੇ ਕਿਸੇ ਨੂੰ ਇਨਫੈਕਸ਼ਨ ਨਾ ਦਈਏ ਜੀ। ਉਹ ਇਸ ਵਾਸਤੇ ਨਹੀਂ ਬਣੇ ਕਿ ਦੂਸਰੇ ਕਿਸੇ ਤੋਂ ਇਨਫੈਕਸ਼ਨ ਆਪਾਂ ਨੂੰ ਨਾ ਫੈਲੇ ਜੀ, ਕਿਉਂਕਿ ਆਪਾਂ ਨੂੰ ਥੋੜ੍ਹਾ ਜਿਹਾ ਡੀਟੇਲ ਜਾਣਾ ਪਊਗਾ ਕਿ ਜਿਹੜੀ ਵਾਇਰਸ ਪਾਰਟੀਕਲ ਉਹ ਬਹੁਤ ਛੋਟਾ ਹੈਗਾ। ਸੋ ਨੈਨੋ ਨੈਨੋ ਨੈਨੋਮੀਟਰ ਲਾਈਕ ਉਸ ਸਾਈਜ਼ ਦੇ ਹੈਗੇ ਆ ਜੀ। ਤੇ ਜਿਹੜਾ ਮਾਸਕ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਸਪੇਸਿਸ ਹੈਗੇ ਆ ਉਹ ਵੱਡੇ ਸਾਈਜ਼ ਦੇ, ਇਸ ਕਰਕੇ ਜਿਹੜੇ ਉਹਦੇ ਵਿੱਚ ਸਰਜੀਕਲ ਮਾਸਕ ਚ ਉਹ ਈਜ਼ੀਲੀ ਵਾਇਰਸ ਕ੍ਰੋਸ ਕਰ ਸਕਦਾ। ਸੋ ਇਸ ਕਰਕੇ ਉਹ ਇਫੈਕਟਿਵ ਨਹੀਂ ਹੈਗੇ ਰੋਕਣ ਵਾਸਤੇ। ਪਰ ਜੇ ਕਿਸੇ ਨੂੰ ਜ਼ੁਕਾਮ ਖੰਘ ਹੈਗਾ, ਉਹ ਜਦੋਂ ਕਰਕੇ ਉਹ ਖੰਘੂਗਾ ਉਹ ਮਾਸਕ ਦੇ ਵਿੱਚ ਖੰਘੂਗਾ, ਐਟਲੀਸਟ ਆਪਾਂ ਸਪਰੈਡ ਨੂੰ ਰੋਕ ਸਕਦੇ ਹਾਂ। ਸੋ ਜਿਹੜਾ ਜਿਹਨੂੰ ਸਿਮਟਮ ਹੈਗੇ ਉਹਦੇ ਵਾਸਤੇ ਉਹ ਗੁੱਡ ਆ, ਪਰ ਜੇ ਆਪਾਂ ਕਹੀਏ ਵੀ ਆਪਾਂ ਰੋਕ ਸਕਦੇ ਹਾਂ ਉਹਨੂੰ ਸਪਰੈਡ ਨੂੰ, ਉਹ ਆਪਾਂ ਕਿਉਂਕਿ ਉਹਦੇ ਵਿੱਚ ਜਿਹੜੇ ਛੇਕ ਹੈਗੇ ਆ ਮਾਸਕ ਦੇ ਵਿੱਚ ਉਹ, ਸੋ ਉਹ ਹੈਗੇ ਰੈਗੂਲਰ ਸਰਜੀਕਲ ਮਾਸਕ ਜੀ। ਤੇ ਦੂਸਰੇ ਜਿਹੜੇ ਮਾਸਕ ਆ ਉਹਨੂੰ ਆਪਾਂ ਕਾਮਨਲੀ N95 ਕਹਿੰਦੇ ਆ ਜੀ। ਸੋ ਉਹਦਾ ਨਾਂ 95 ਇਸ ਕਰਕੇ ਬਣਿਆ ਕਿ 95% ਵਾਇਰਸਿਸ ਉਹ ਫਿਲਟਰ ਕਰਦਾ, ਪਰ ਸਟਿਲ 5% ਜਿਹੜੇ ਬਹੁਤ ਛੋਟੇ ਹੈਗੇ ਆ ਉਹ ਉਹਦੇ ਚੋਂ ਜਿਹੜੇ ਆ ਸਟਿਲ ਨਿਕਲ ਸਕਦੇ ਆ। ਪਰ ਜਿਹੜੀ ਕਿਉਂਕਿ ਜਿਹੜੀ ਕੋਰੋਨਾ ਵਾਇਰਸ ਹੈਗੀ ਆ ਉਹਦਾ ਸਾਈਜ਼ ਥੋੜਾ ਵੱਡਾ ਹੈਗਾ ਬਾਕੀ ਵਾਇਰਸ ਨਾਲ, ਸੋ ਇਸ ਕਰਕੇ ਉਹਨੂੰ ਰੋਕ ਸਕਦਾ। ਪਰ ਟਿਪੀਕਲੀ ਉਹ ਜਿਹੜਾ ਹੈਗਾ ਮੋਸਟਲੀ ਬਣਿਆ ਹੈਗਾ ਡਾਕਟਰਸ ਵਾਸਤੇ ਜੀ, ਤਾਂ ਕਿ ਉਹ ਜਦੋਂ ਜਾਣ ਜਿਹੜੇ ਮਰੀਜ਼ ਨੂੰ ਹੋਇਆ ਹੋਵੇ ਤੇ ਉਹਦੇ ਉਦੋਂ, ਤਾਂ ਕਿ ਉਹ ਤੁਹਾਨੂੰ ਨਾ ਫੈਲ ਸਕੇ। ਡਾਕਟਰ ਜਿਹੜੇ ਯੂਨੋ ਜਿਹੜੇ ਮਰੀਜ਼ਾਂ ਨੂੰ ਡੀਲ ਕਰਦੇ ਆ
ਉਹਨਾਂ ਵਾਸਤੇ ਹੁੰਦੇ ਆ। ਤੇ ਦੂਸਰੀ ਗੱਲ ਕਿਉਂਕਿ N95 ਆਪਾਂ ਸਿੱਧਾ ਬਾਜ਼ਾਰ ਚੋਂ ਲੈ ਕੇ ਐਮਾਜ਼ੋਨ ਤੋਂ ਲੈ ਕੇ ਆਪਾਂ ਨੂੰ ਸਿੱਧਾ ਨੱਕ ਤੇ ਲਾ ਲਈਏ, ਉਹ ਪ੍ਰੋਟੈਂਸ਼ਨ ਨਹੀਂ ਹੈਗੀ। ਉਹਦੇ ਵਾਸਤੇ ਤੁਹਾਨੂੰ ਫਿਟਡ ਹੋਣਾ ਪੈਂਦਾ ਉਹਦੇ ਵਾਸਤੇ, ਤਾਂ ਕਿ ਜਿਹੜੇ ਡਾਕਟਰ ਸਾਰੇ ਉਹ ਜਿਹੜੇ ਕਾਫੀ ਜਿਹੜੇ ਡਾਕਟਰ ਹੁੰਦੇ ਉਹ ਫਿਟਡ ਹੁੰਦੇ, ਕਿਉਂਕਿ ਉਹ ਤੁਹਾਨੂੰ ਟੈਸਟ ਕਰਦੇ ਆ ਕੋਈ ਜਿਹੜਾ ਸਪਰੇ ਕਰਕੇ ਆਲੇ ਦੁਆਲੇ ਕਿ ਤੁਹਾਨੂੰ ਕੋਈ ਟੇਸਟ ਆਇਆ ਮੂੰਹ 'ਚ, ਕਿਉਂਕਿ ਜੇ ਆਪਾਂ ਸਿੱਧਾ ਲੈ ਕੇ ਮਾਸਕ ਮੂੰਹ ਤੇ ਪਾਵਾਂਗੇ ਵੀ ਸਟਿਲ ਨੋਟ ਪ੍ਰੀਵੈਂਟਿੰਗ। ਸੋ ਇਸ ਕਰਕੇ ਇਹ ਜ਼ਰੂਰੀ ਹੈਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੋ ਮਾਸਕ ਕਿਹੜੇ ਹੈਗੇ ਆ। ਤੇ ਜਿਹੜਾ N95 ਈਵਨ ਉਹ ਤੁਸੀਂ ਉਹਨੂੰ ਐਮਾਜ਼ੋਨ ਤੋਂ ਲੈ ਸਕਦੇ, ਸਟਿਲ ਈਵਨ ਦੈਟ ਇਜ਼ ਨਾਟ, ਉਹ ਵੀ ਤੁਹਾਨੂੰ ਪੂਰੀ ਵਾਇਰਸ ਦਾ ਸਪਰੈਡ ਨਹੀਂ ਰੋਕਦਾ। ਜੀ ਜੀ ਜੀ, ਤੇ ਉਹ ਇਹ ਮਾਸਕ ਲੈ ਪਾ ਕੇ ਅਸੀਂ ਬਹੁਤ ਜ਼ਿਆਦਾ ਕੌਨਫੀਡੈਂਟ ਫੀਲ ਨਾ ਕਰੀਏ ਕਿ ਅਸੀਂ ਕਿਧਰੇ ਵੀ ਜਾ ਸਕਦੇ ਹਾਂ ਜਸਟ ਬਿਕੋਜ਼ ਵੇਅਰਿੰਗ ਅ ਮਾਸਕ। ਦੂਸਰੀ ਗੱਲ ਜਿਹੜੀ, ਹਾਂਜੀ, ਜਿਹੜਾ ਇਸ਼ੂ ਹੈਗਾ ਉਹ ਹੈਗਾ ਮਿਸ ਇਨਫੋਰਮੇਸ਼ਨ ਦਾ। ਜੀ, ਸੋ ਮੇਰੇ ਡਾਕਟਰ ਫਰੈਂਡ ਹੈਗੇ, ਉਹਨਾਂ ਨੇ ਮੈਨੂੰ ਦਿਖਾਇਆ ਕਿ ਜਿਹੜਾ ਇੱਕ ਵੀਡੀਓ ਆਨਲਾਈਨ ਤੇ ਜਿਹੜਾ ਹੈਗਾ ਉਹ ਇੱਕ ਲੇਡੀ ਹੈਗੇ ਆ ਜਿਹੜੇ ਉਹ ਦੱਸ ਰਿਹਾ ਕਿ ਤੁਸੀਂ ਪਿਆਜ਼ ਖਾ ਕੇ ਤੇ ਇੱਕ ਘੰਟਾ ਬਾਅਦ ਤੁਸੀਂ ਇੱਕ ਗਲਾਸ ਦੁੱਧ ਪੀ ਲਓ ਤੇ ਤੁਹਾਡੀ ਕੋਰੋਨਾ ਵਾਇਰਸ ਜਿਹੜੀ ਉਹਦੀ ਉਹ ਕਿਉਰ ਹੋ ਜੂਗੀ। ਜੀ, ਸੋ ਮੈਂ ਸਾਰੇ ਜਿਹੜੇ ਸਰੋਤੇ ਜਿਹੜੇ ਸੁਣ ਰਹੇ ਉਹਨਾਂ ਨੂੰ ਇਹ ਕੁਐਸਚਨ ਕਰਨਾ ਮੰਗਦਾ ਕਿ ਕਦੀ ਵੀ ਜਿਹੜੀਆਂ ਇਸ ਦੀਆਂ ਚੀਜ਼ਾਂ ਜਿਹੜੀਆਂ ਆਨਲਾਈਨ ਵਟਸਐਪ ਫੇਸਬੁੱਕ ਦੇ ਉੱਤੇ ਜਿਹੜੀਆਂ ਨੇ, ਕਦੀ ਵੀ ਉਹਨਾਂ ਨੂੰ ਟਰੱਸਟ ਨਾ ਕਰੋ। ਹਮੇਸ਼ਾ ਆਪਣੇ ਡਾਕਟਰ ਨੂੰ ਪੁੱਛੋ ਕੀ ਕਰਨਾ ਚਾਹੀਦਾ, ਤੇ ਕੋਈ ਜਿਹੜੇ ਦੇਸੀ ਨੁਸਖੇ ਆ ਜਾਂ ਜਿਹੜੇ ਨੁਸਖੇ ਜਿਹੜੇ ਉਹਨਾਂ ਤੇ ਯਕੀਨ ਨਾ ਕਰੋ, ਕਿਉਂ ਇਹਦੇ ਨਾਲ, ਕਿਉਂਕਿ ਇਹ ਡੇਂਜਰਸ ਚੀਜ਼ ਹੈਗੀ, ਇਹ ਜਾਨ ਲੈ ਸਕਦੀ ਤੁਹਾਡੀ, ਇਹ ਵਾਇਰਸ ਉਨੀ ਦੇ। ਸੋ ਇਸ ਕਰਕੇ ਆਪਾਂ ਬਜਾਏ ਉਹ ਟਾਈਮ ਵੇਸਟ ਕਰਨ ਦੇ ਉਹ ਨੁਸਖੇ ਕਰਨ, ਉਹ ਤੋਂ ਚੰਗਾ ਹੈਗਾ ਆਪਾਂ ਡਾਕਟਰ ਆਪਣੇ ਤੋਂ ਸਲਾਹ ਲਈਏ ਕਿ ਕੀ ਕਰਨਾ ਚਾਹੀਦਾ, ਤੇ ਇਹ ਉਹਦੀਆਂ ਚੀਜ਼ਾਂ ਨੂੰ ਆਪਾਂ ਬਿਲਕੁਲ ਬਲੀਵ ਨਹੀਂ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਅਗਰ ਅਸੀਂ ਤੁਹਾਨੂੰ ਕੁਇਕਲੀ ਪੁੱਛੀਏ, ਇਹ ਪੈਟਸ ਵਿੱਚ, ਪੈਟਸ ਤੋਂ ਇਸ ਜਿਹੜੀ ਬਿਮਾਰੀ ਦਾ ਜਿਹੜਾ ਸਪਰੈਡ ਹੈ ਉਸਦਾ ਕਿੰਨਾ ਕੁਛ ਖਤਰਾ ਹੈ? ਸੋ ਹਾਲੇ ਤੱਕ ਕੋਈ ਕੇਸ ਨਹੀਂ ਰਿਪੋਰਟ ਹੋਇਆ ਜਿਹਦੇ ਜਿੱਥੋਂ ਕਿਹਾ ਜਾਏ ਵੀ ਕਿ ਜਿਹੜੇ ਘਰ ਵਾਲੇ ਘਰੇਲੂ ਪੈਟਸ ਐਂਡ ਐਨੀਮਲਸ ਹੁੰਦੇ ਆ ਕਿ ਉਹਨਾਂ ਤੋਂ ਵਾਇਰਸ ਬੰਦਿਆਂ ਤੱਕ ਆਈ ਹੈ, ਇਸ ਤਰ੍ਹਾਂ ਦਾ ਹਾਲੇ ਤੱਕ ਕੋਈ ਕੇਸ ਨਹੀਂ ਰਿਪੋਰਟ ਹੋਇਆ। ਤੇ CDC ਦੀ ਰੈਕਮੈਂਡੇਸ਼ਨ ਹੈਗੀ ਹੈ ਵੀ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤੁਹਾਡਾ ਇਮਿਊਨ ਸਿਸਟਮ ਲੋਅ ਹੁੰਦਾ, ਤੇ ਤੁਹਾਨੂੰ ਹੋਰ ਕੋਈ ਬਿਮਾਰੀਆਂ ਪੈਟਸ ਤੋਂ ਹੁੰਦੀਆਂ ਜਿਹੜੀਆਂ ਤੁਹਾਨੂੰ ਲੱਗ ਸਕਦੀਆਂ, ਪਰ ਜੇ ਤੁਸੀਂ ਬਿਮਾਰ ਹੋ ਇਨ ਜਨਰਲ, ਤੁਸੀਂ ਆਪਣੇ ਆਪ ਨੂੰ ਆਪਣੀ ਲੋਕਾਂ ਤੋਂ ਤੇ ਆਪਣੇ ਪੈਟਸ ਤੋਂ ਤੁਸੀਂ ਦੂਰ ਰਹੋ, ਕਿਉਂਕਿ ਤੁਹਾਡਾ ਇਮਿਊਨ ਸਿਸਟਮ ਆਲਰੇਡੀ ਲੋਅ ਹੈਗਾ। ਪਰ COVID-19 ਦੀ ਬਿਮਾਰੀ ਹਾਲੇ ਤੱਕ ਕੋਈ ਕੇਸ ਨਹੀਂ ਹੈ, ਕੋਈ ਕੁੱਤੇ ਜਾਂ ਬਿੱਲੀ ਤੋਂ ਹਿਊਮਨ ਤੋਂ ਟ੍ਰਾਂਸਫਰ ਹੋਇਆ ਹੈ। ਜੀ 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 ਜੀ, ਐਂਡ ਡਾਕਟਰ ਪਰਨੂ, ਅਗਰ ਮੈਂ ਤੁਹਾਨੂੰ ਪੁੱਛਾਂ ਕਿ ਕਿਆ ਕੋਈ ਪਰਟੀਕੂਲਰ ਸੈਗਮੈਂਟ ਹੈਗਾ ਪੋਪੂਲੇਸ਼ਨ ਦਾ ਜੋ ਜ਼ਿਆਦਾ ਪ੍ਰੋਨ ਹੈਗਾ ਇਸ COVID-19 ਦੀ ਇਨਫੈਕਸ਼ਨ ਵਾਸਤੇ? ਹਾਂਜੀ, ਥੈਂਕ ਯੂ, ਜਿਹੜਾ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਜੀ, ਜੇ ਆਪਾਂ ਆਪਣਾ ਐਕਸਪੀਰੀਅੰਸ ਦੇਖੀਏ ਕਿ ਜਿਹੜੀਆਂ ਮੋਸਟ ਆਫ ਦਾ ਡੈਥ ਜਿਹੜੀਆਂ ਅਜੇ ਤੱਕ ਹੋਈਆਂ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਹੋਈਆਂ COVID-19 ਦੇ ਨਾਲ, ਤੇ ਉਹ ਜਿਹੜੀ ਹੈਗੀ ਆ ਉਹ ਫੈਸਿਲਿਟੀ ਜਿੱਥੇ ਓਲਡ ਪੇਸ਼ੈਂਟ ਹੈਗੇ ਸੀ ਉਹਦੇ ਵਿੱਚ ਜਿਹੜੀ ਆ ਫੈਸਿਲਿਟੀ ਦੇ ਵਿੱਚ ਉਹ ਡੈਥ ਹੋਈਆਂ। ਸੋ ਇਸ ਕਰਕੇ ਜਿਹੜਾ ਸਭ ਤੋਂ ਜਿਹੜਾ ਸੈਗਮੈਂਟ ਜਿਹੜਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ ਉਹ ਹੈਗੇ ਆ ਜਿਹੜੇ 70 ਐਂਡ ਸਪੈਸ਼ਲੀ 80 ਈਅਰਸ ਐਂਡ ਓਲਡਰ, ਜੇ 70 ਜਾਂ 80 ਸਾਲ ਤੋਂ ਜਿਹੜੇ ਉਮਰ ਤੋਂ ਜ਼ਿਆਦਾ ਵਾਲੇ ਹੈਗੇ ਆ ਉਹਦੇ ਵਿੱਚ ਜਿਹੜਾ ਇਹ ਵਾਇਰਸ ਜਿਹੜਾ ਬਹੁਤ ਜਿਹੜਾ ਖਤਰਨਾਕ ਜਾਂ ਡੈਡਲੀ ਹੈਗਾ। ਦੂਸਰਾ ਜਿਹੜਾ ਜਿਹੜੇ ਪਾਪੂਲੇਸ਼ਨ ਹੈਗੀ ਜਿਹਦੇ ਵਿੱਚ ਆਪਾਂ ਨੂੰ ਉਹ ਹੈਗੇ ਆ ਜਿਹੜੇ ਅਮੀਨੋ ਸਪਰੈਸਡ ਹੈਗੇ ਆ, ਜਿਹਦੇ ਵਿੱਚ ਭਾਵੇਂ ਉਹ ਕੀਮੋਥੈਰੇਪੀ ਕੈਂਸਰ ਵਾਸਤੇ ਲੈ ਰਹੇ ਹਨ, ਜਿਹਨਾਂ ਨੂੰ HIV ਹੈਗਾ, ਜਾਂ ਜਿਹਨਾਂ ਨੂੰ ਜਿਹੜੀਆਂ ਕਰੋਨਿਕ ਡਿਜ਼ੀਜ਼ ਜਿਵੇਂ ਆਪਾਂ ਦਿਲ ਦੀ ਬਿਮਾਰੀ ਜਿਵੇਂ ਹਾਰਟ ਫੇਲੀਅਰ ਹੋਇਆ, ਕਿਡਨੀ ਦੀ ਪ੍ਰੋਬਲਮ ਹੈਗੀ ਆ, ਜਿਹਨਾਂ ਨੂੰ ਈਵਨ ਸ਼ੂਗਰ ਦੀ ਪ੍ਰੋਬਲਮ ਹੈਗੀ ਆ ਉਹ ਵੀ ਐਟ ਏ ਹਾਈ ਰਿਸਕ ਹੈਗੇ ਆ। ਸੋ ਇਸ ਕਰਕੇ ਜੇ ਆਪਾਂ ਨੂੰ ਆਪਾਂ ਜਿਹੜੇ ਸਾਰੇ ਉਹ ਜਿਹੜੇ ਮਰੀਜ਼ ਹੈਗੇ ਆ ਜੇ ਉਹਨਾਂ ਨੂੰ ਆਪਾਂ ਇਹ ਕਹੀਏ ਕਿ ਜੇ ਤੁਹਾਨੂੰ ਲੋੜ ਨਹੀਂ ਬਾਹਰ ਜਾਣ ਦੀ ਤੇ ਕੋਸ਼ਿਸ਼ ਕਰੋ ਵੀ ਘਰ ਦੇ ਵਿੱਚ ਹੀ ਸਟੇ ਕਰੋ, ਤੇ ਜਿਹੜਾ ਤਾਂ ਕਿ ਜਿਹੜੇ ਜਰਮ ਹੈਗੇ ਬਾਹਰੋਂ ਉਹ ਤੁਹਾਨੂੰ ਨਾ ਹੋਣ, ਕਿਉਂਕਿ ਜਿਹੜਾ ਸਭ ਤੋਂ ਖਤਰਨਾਕ ਸੈਗਮੈਂਟ ਜਿਹੜਾ ਜਿਹਦੇ 'ਚ ਵਾਇਰਸ ਜਿਹੜੀ ਆ ਡੈਡਲੀ ਪ੍ਰੂਵ ਹੋ ਰਹੀ ਹੈ ਉਹ 70 ਐਂਡ 80 ਈਅਰ ਓਲਡ ਤੇ ਉਹਦੇ ਤੋਂ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਜੇ ਉਹਨਾਂ ਨੂੰ ਨਹੀਂ ਲੋੜ ਬਾਹਰ ਜਾਣ ਦੀ ਕਿਸੇ ਚੀਜ਼ ਵਾਸਤੇ ਤਾਂ ਕੋਸ਼ਿਸ਼ ਕਰਨ ਵੀ ਉਹ ਘਰ ਦੇ ਵਿੱਚ ਹੀ ਰਹਿਣ। ਜੀ 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 ਜੀ, ਡਾਕਟਰ ਪਦਮ, ਅਸੀਂ ਵੇਖਿਆ ਕਿ ਕਈ ਸਟੇਟਸ ਨੇ ਹੁਣ ਐਮਰਜੈਂਸੀਸ ਡਿਕਲੇਅਰ ਕਰਤੀ ਹਨ, ਔਰ ਜਿੱਥੇ ਉਹ ਜਿਹੜੇ ਲੋਕਾਂ ਦਾ ਕੱਟ ਹੈ ਉਸ ਨੂੰ ਡਿਸਕਰੇਜ ਕਰਦੇ ਪਏ ਹਨ। ਸਾਡੇ ਗੁਰੂ ਘਰਾਂ ਵਿੱਚ ਕੱਟ ਹੁੰਦਾ ਐਟਲੀਸਟ ਹਰ ਸੰਡੇ ਹਰ ਫਰਾਈਡੇ, ਕੀ ਤੁਸੀਂ ਕਹਿਣਾ ਚਾਹੋਗੇ ਸਾਡੇ ਗੁਰੂ ਘਰ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ?
ਹਾਂਜੀ ਥੈਂਕ ਯੂ ਵੀ ਯੂ ਨੋ ਸਾਰੇ ਜਿਹੜੇ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਬਹੁਤ ਜ਼ਰੂਰੀ ਹੈਗੇ ਹਨ ਸੋ ਗੁਰਦੁਆਰੇ ਸਾਡੇ ਜਿਹੜੀ ਸਾਡੇ ਟਰਡੀਸ਼ਨ ਹੁੰਦੇ ਹੈ ਮਰਿਆਦਾ ਹੁੰਦੀ ਹੈ ਉਹ ਹੁੰਦੀ ਹੈ ਵੀ ਤੁਸੀਂ ਹੱਥ ਨਾਲ ਲੰਗਰ ਬਣਾਉਣਾ ਖਾਣਾ ਸਾਰੇ ਬੈਠ ਇਕੱਠੇ ਬੈਠ ਕੇ ਖਾਂਦੇ ਹਨ ਸਾਰੇ ਇਕੱਠੇ ਬੈਠ ਕੇ ਦੀਵਾਨ ਦੇ ਵਿੱਚ ਹੁੰਦੇ ਹਨ ਸੋ ਇਸ ਤਰ੍ਹਾਂ ਦੀ ਜਿਹੜੀਆਂ ਇਹਨੂੰ ਜਿੱਥੇ ਕਰਾਊਡਸ ਹੁੰਦੇ ਆ ਜਾਂ ਇਸ ਤਰ੍ਹਾਂ ਦੀ ਭੀੜ ਹੁੰਦੀ ਹੈ ਸੋ ਉਹਦੀ ਉਹਦੀ ਰੈਕਮੈਂਡੇਸ਼ਨ ਹੈਗੀ ਹੈ ਵੀ ਤੁਸੀਂ ਜਿਹੜੇ ਲਾਰਜ ਕਰਾਊਡਸ ਹੈਗੇ ਆ ਉਹਨਾਂ ਨੂੰ ਅਵੋਇਡ ਕਰੋ ਕਿਉਂਕਿ ਤੁਹਾਡਾ ਰਿਸਕ ਹਾਈ ਹੁੰਦਾ ਜੇ ਤੁਸੀਂ ਜਿੰਨੇ ਲੋਕਾਂ ਨਾਲ ਇੰਟਰੈਕਟ ਕਰੋਗੇ ਤੇ ਗੁਰਦੁਆਰਿਆਂ ਨੂੰ ਰੈਕਮੈਂਡੇਸ਼ਨ ਗਈ ਹੈ ਕੱਲ ਰਾਤੀ ਗਈ ਸੀ ਨਾਰਥ ਅਮੈਰੀਕਨ ਸਿੱਖ ਮੈਡੀਕਲ ਐਂਡ ਡੈਂਟਲ ਐਸੋਸੀਏਸ਼ਨ ਵੱਲੋਂ ਨੋਟੀਫਿਕੇਸ਼ਨ ਗਈ ਸੀ ਵੀ ਤੁਸੀਂ ਆਪਣਾ ਕਿਸ ਤਰ੍ਹਾਂ ਸੇਵਾਦਾਰ ਵਗੈਰਾ ਲਈ ਤੁਸੀਂ ਡਿਸਇਨਫੈਕਟੈਂਟ ਟਿਸ਼ੂ ਪੇਪਰ ਸਾਬਣ ਪਾਣੀ ਵਗੈਰਾ ਸਾਰਾ ਕੁਛ ਪ੍ਰੋਵਾਈਡ ਕਰੋ ਤੇ ਮੋਸਟਲੀ ਗੁਰਦੁਆਰਿਆਂ ਨੂੰ ਐਡਵਾਈਸ ਗਈ ਹੋਈ ਹੈ ਕਿ ਜਿਹੜੇ ਵੱਡੇ ਵੱਡੇ ਇਵੈਂਟਸ ਹੈਗੇ ਆ ਨਗਰ ਕੀਰਤਨ ਸਮਾਗਮ ਤੇ ਈਵਨ ਲੰਗਰ ਹਾਲ ਦੇ ਵਿੱਚ ਜਿਹੜੇ ਲੰਗਰ ਜਾਂ ਵੱਡੇ ਦੀਵਾਨ ਲੱਗਦੇ ਆ ਜੇ ਤੁਸੀਂ ਉਹਨਾਂ ਨੂੰ ਪੋਸਟਪੋਨ ਕਰ ਸਕਦੇ ਹੋ ਜਾਂ ਥੋੜੀ ਦੇਰ ਲਈ ਕੈਂਸਲ ਕਰ ਸਕਦੇ ਹੋ ਤੇ ਉਹ ਪਲੀਜ਼ ਕਰੋ ਕਿਉਂਕਿ ਇਹਦੇ ਨਾਲ ਰਿਸਕ ਸਾਡੀ ਕਮਿਊਨਿਟੀ ਦਾ ਹੋਰ ਘਟਦਾ ਜੇ ਅਸੀਂ ਉਹਨਾਂ ਦਾ ਐਕਸਪੋਜ਼ਰ ਘੱਟ ਕਰਦੀ ਹੈ ਡਾਕਟਰ ਪਦਮ ਡਾਕਟਰ ਪਨੂ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਔਰ ਹਾਲੇ ਬਹੁਤ ਗੱਲਾਂ ਹੈਗੀਆਂ ਕਰਨ ਵਾਲੀਆਂ ਬਟ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਅਸੀਂ ਫਿਰ ਤੁਹਾਨੂੰ ਸਟੂਡੀਓਜ਼ ਲੈ ਕੇ ਆਵਾਂਗੇ ਆਪਣੇ ਵਿਊਅਰਸ ਨਾਲ ਰੂਬਰੂ ਕਰਾਂਗੇ ਅੱਜ ਸਾਡੇ ਨਾਲ ਗੱਲ ਕਰਨ ਦਾ ਇਹ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਫਤਿਹ ਇਹ ਜੀ ਇਹ ਸੀ ਸਾਡਾ ਅੱਜ ਦਾ ਸ਼ੋਅ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਦੋਨੋਂ ਡਾਕਟਰ ਮਹਿਮਾਨਾਂ ਦੀ ਗੱਲ ਬੜੀ ਕਲੋਜ਼ਲੀ ਸੁਣੀ ਹੋਏਗੀ ਔਰ ਤੁਸੀਂ ਇਸ ਗੱਲ 'ਤੇ ਪੂਰਾ ਇਤਿਹਾਦ ਵਰਤੋਗੇ ਸ਼ੋਅ ਦੇਖਣ ਦਾ ਬਹੁਤ 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 ਸ਼ੁਕਰੀਆ ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ